ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਾਰ ਸ਼੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਭਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰਾ ਤੀਗਮ ਖਾਨ ਹਿਆਤ ਖਾਨ ਤ੍ਰਿਤੀ ਨਜਾਵਤ ਖਾਨ ਫਤਿਹ ਸ਼ਾਹ ਇਨ ਕੇ ਨਿਕਟ ਦੂਤ ਪਠਿਓ ਮਤਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਅੰਦਰ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਭਜਨ ਬੰਦਗੀ ਅਸਥਾਨ ਗੁਰਦੁਆਰਾ ਸ਼੍ਰੀ ਭੋਰਾ ਸਾਹਿਬ ਜੀ ਵਿਖੇ ਪਿਛਲੇ ਪਹਿਰ ਦੇ ਸਮੇਂ ਦੇ ਸਜੇ ਹੋਏ ਦੀਵਾਨਾਂ ਅੰਦਰ ਜੁੜ ਮਿਲ ਬੈਠੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕਿਰਪਾਲਤਾ ਕੀਤੀ ਹੈ ਜੋ ਅੰਮ੍ਰਿਤਮਈ ਬਾਣੀ ਦੇ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਸਮਾਂ ਹੋਇਆ ਹੈ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਦਾ, ਜਿਸ ਦੇ ਅੰਦਰ ਚਿੱਟਿਆਂ ਬਾਜਾਂ ਵਾਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਜੀਵਨ ਦੇ ਪ੍ਰਸੰਗ ਆਪਾਂ ਸਰਵਣ ਕਰ ਰਹੇ ਹਾਂ। ਭੰਗਾਣੀ ਸਾਹਿਬ ਦਾ ਯੁੱਧ ਆਰੰਭ ਹੋਇਆ ਹੈ। ਕੱਲ੍ਹ ਜੰਗ ਦੇ ਵਿੱਚ ਕਥਾ ਸੁਣੀ ਹੈ ਵੀ ਪੀਰ ਬੁੱਧੂ ਸ਼ਾਹ ਦੇ ਜਿਹੜੇ ਚੌਵੇਂ ਪੁੱਤਰ ਹਨ ਅਤੇ 700 ਮਰੀਦ ਨੇ, ਇਹਨਾਂ ਨੇ ਬੜਾ ਭਾਰੀ ਯੁੱਧ ਕੀਤਾ, ਬੜੇ ਜੌਹਰ ਵਿਖਾਏ ਜੰਗ ਦੇ ਅੰਦਰ। ਜਿਹੜੇ ਪਿੰਡਾਂ ਦੀ ਪਹਾੜੀਆਂ ਨੇ ਛੇੜ ਇਕੱਠੀ ਕੀਤੀ ਸੀ, ਇਹਨਾਂ ਨੂੰ ਇਹਨਾਂ ਟਿਕਾ ਕੇ ਰੱਖਿਆ, ਉਹਨਾਂ 'ਤੇ ਗੋਲੀਆਂ ਚਲਾਉਂਦੇ ਰਹੇ, ਤੀਰ ਚਲਾਉਂਦੇ ਰਹੇ।
ਉਹ ਸ਼ੇਰ ਨੂੰ ਨਹੀਂ ਕਿਸੇ ਪਾਸੇ ਇਹਨਾਂ ਨੇ ਜਾਣ ਦਿੱਤਾ ਹੈ। ਬੜਾ ਨੁਕਸਾਨ ਕੀਤਾ ਵੇਖ ਕੇ ਗੋਪਾਲ ਚੰਦ ਰਾਜਾ ਜਿਹੜਾ ਸੀ ਉਹ ਫਿਰ ਜਥਾ ਲੈ ਕੇ ਆਇਆ। ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਨੇ ਐਸਾ ਯੁੱਧ ਕੀਤਾ ਵੀ ਪਹਾੜੀਆਂ ਦੇ ਬੰਦੇ ਦਰਖਤਾਂ ਦੇ ਓਹਲੇ ਹੋ ਕੇ ਆਪਣੀ ਜਾਨ ਬਚਾਉਣ ਲੱਗ ਪਏ। ਪਿੱਠ ਵਿਖਾ ਕੇ ਭੱਜਦਿਆਂ ਨੂੰ ਵੇਖ ਕੇ ਗੋਪਾਲ ਚੰਦ ਗਲੇਰੀ ਰਾਜਾ ਕਹਿਣ ਲੱਗਾ, ਕਹਿੰਦਾ ਉਹ ਕਿਧਰ ਭੱਜਦੇ ਹੋ ਸੂਰਮੇ, ਉਹ ਤੁਹਾਡੀ ਮਦਦ ਵਾਸਤੇ ਮੈਂ ਆ ਗਿਆ। ਕਿਉਂ ਕਾਇਰ ਬਣ ਰਹੇ ਹੋ, ਡਰਪੋਕ ਬਣ ਕੇ ਮੈਦਾਨ ਨੂੰ ਪਿੱਠ ਕਿਉਂ ਵਿਖਾ ਰਹੇ ਹੋ? ਮਾਰ ਲਓ ਕਰਦਾ ਗੋਪਾਲ ਗਲੇਰੀਏ ਨੇ ਹੱਲਾ ਐਸਾ ਕੀਤਾ ਵੀ ਇੱਕ ਵਾਰ ਮਰੀਦ ਜਿਹੜੇ ਸਨ ਪੀਰ ਬੁੱਧੂ ਸ਼ਾਹ ਦੇ ਉਹਨਾਂ ਦੇ ਪੈਰ ਉਖੜ ਗਏ। ਪਰ ਉਹਦੇ ਪੁੱਤਰਾਂ ਨੇ ਬੜਾ ਵੀਰ ਰਸ ਕੀਤਾ, ਬੜਾ ਕਹਿੰਦੇ ਵੀ ਗੁੱਸਾ ਖਾਧਾ ਅਤੇ ਅੱਗੇ ਅੜ ਗਏ। ਐਸਾ ਘਮਸਾਨ ਦਾ ਜੰਗ ਕੀਤਾ। ਜੰਗ ਕਰਦਿਆਂ ਕਰਦਿਆਂ ਜਦੋਂ ਬੜਾ ਰੌਲਾ ਰੱਪਾ ਪਿਆ, ਬੜੀ ਮਾਰ ਮਚੀ, ਕਈ ਪਹਾੜੀਏ ਮਾਰ ਮਾਰ ਸੁੱਟ ਦਿੱਤੇ ਪੀਰ ਜੀ ਦੇ ਪੁੱਤਰਾਂ ਨੇ। ਆਵਾਜ਼ ਸੁਣੀ ਕਲਗੀਧਰ ਮਹਾਰਾਜ ਸਾਹਿਬ ਜੀ ਦੇ ਕੰਨਾਂ 'ਚ ਪਈ। ਸਾਹਿਬ ਕਹਿੰਦੇ ਵੀ ਇੱਧਰ ਕੌਣ ਲੜ ਰਿਹਾ ਹੈ, ਬੜਾ ਰੌਲਾ ਪੈ ਰਿਹਾ। ਕਸੂਰਮੇ ਨੇ ਦੱਸਿਆ, ਮਹਾਰਾਜ ਪੀਰ ਬੁੱਧੂ ਸ਼ਾਹ ਦੇ ਪੁੱਤਰ ਲੜ ਰਹੇ ਨੇ ਅਤੇ ਇਸ ਵੇਲੇ ਗੋਪਾਲ ਗਲੇਰੀਆ ਜਿਹੜਾ ਹੈ ਉਹ ਆਪਣੇ ਜਥੇ ਨੂੰ ਲੈ ਕੇ ਆਇਆ ਹੈ ਅਤੇ ਪੀਰ ਬੁੱਧੂ ਸ਼ਾਹ ਦੇ ਜਿਹੜੇ ਦੋ ਪੁੱਤਰ ਹਨ ਉਹ ਘੇਰੇ ਵਿੱਚ ਆ ਗਏ ਨੇ। ਸਾਨੂੰ ਉਹਨਾਂ ਦੀ ਮਦਦ ਵਾਸਤੇ ਇੱਕ ਜਥਾ ਭੇਜਣਾ ਚਾਹੀਦਾ। ਇਹ ਗੱਲ ਸੁਣ ਕੇ ਮਾਮਾ ਕਿਰਪਾਲ ਚੰਦ ਬੜੇ ਵੀਰਸ ਵਿੱਚ ਆਏ, ਹੱਥ ਦੇ ਵਿੱਚ ਕਠੋਰ ਧਨੁਖ ਪਕੜ ਕੇ ਤੀਰਾਂ ਦਾ ਮੀਂਹ ਪਾਉਂਦਿਆਂ ਹੋਇਆਂ ਮਾਰ ਲਓ ਕਰਦਿਆਂ ਜੰਗ ਦੇ ਵਿੱਚ ਜਾ ਸ਼ਾਮਿਲ ਹੋਏ। ਜਿੱਥੇ ਗੋਪਾਲ ਗਲੇਰੀਆ ਰਾਜਾ ਲੜ ਰਿਹਾ ਸੀ ਉਹਦੇ ਨੇੜੇ ਨੇੜੇ ਉਹਦੇ ਜਿੰਨੇ ਜਵਾਨ ਸਨ ਸਾਰੇ ਕਹਿੰਦੇ ਵੀ ਮਾਰਨੇ ਸ਼ੁਰੂ ਕਰ ਦਿੱਤੇ। ਘੇਰੇ ਦੇ ਵਿੱਚ ਆਏ, ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਨੂੰ ਬਾਹਰ ਕੱਢ ਲਿਆ, ਪਰ ਉਹ ਜਵਾਨ ਕਿੱਥੇ ਹਟਦੇ ਆ? ਉਹਨਾਂ ਨੇ ਦੁਬਾਰਾ ਫਿਰ ਨੇੜਾ ਕੀਤਾ ਪਹਾੜੀਆਂ ਦਾ, ਬੜੇ ਪਹਾੜੀਏ ਮਾਰੇ। ਵੇਖ ਕੇ ਗੋਪਾਲ ਚੰਦ ਗਲੇਰੀ ਰਾਜੇ ਨੇ ਗੁੱਸਾ ਖਾਧਾ ਅਤੇ ਤੀਰ ਮਾਰ ਕੇ ਇੱਕ ਪੀਰ ਬੁੱਧੂ ਸ਼ਾਹ ਦਾ ਪੁੱਤਰ ਸ਼ਹੀਦ ਕਰ ਦਿੱਤਾ। ਫਿਰ ਦੋਵੇਂ ਦਲ ਉਹਦੀ ਲੋਥ ਚੁੱਕਣ ਵਾਸਤੇ ਅੱਗੇ ਆ ਰਹੇ ਨੇ। ਮਾਮਾ ਕਿਰਪਾਲ ਚੰਦ ਜੀ ਨੇ ਐਸੇ ਤੀਰ ਚਲਾਏ ਵੀ ਜਿਹੜੇ ਪਹਾੜੀਏ ਹਨ ਰਾਜੇ ਗੋਪਾਲ ਚੰਦ ਤੋਂ ਨਿਗਾਹ ਬਚਾ ਕੇ ਮੈਦਾਨ 'ਚੋਂ ਜਾਨ ਬਚਾ ਕੇ ਨੱਸਣ ਲੱਗ ਪਏ ਵੀ ਇਹ ਸਾਨੂੰ ਜਿਉਂਦੇ ਨਹੀਂ ਛੱਡਣਗੇ। ਇਹ ਵੇਖ ਕੇ ਗੋਪਾਲ ਚੰਦ ਨੇ ਤੀਰ ਚਲਾਇਆ ਅਤੇ ਕਿਰਪਾਲ ਚੰਦ ਜੀ ਦੇ ਘੋੜੇ ਦੀ ਕਾਠੀ 'ਚ ਵੱਜਾ। ਇਹਨਾਂ ਲਲਕਾਰ ਕੇ ਮੋੜਵਾਂ ਤੀਰ ਚਲਾਇਆ ਤਾਂ ਉਹ ਭੱਜਦੇ ਜਾਂਦੇ ਗੋਪਾਲ ਰਾਜੇ ਦੇ ਘੋੜੇ ਦੇ ਕੰਨ ਦੇ ਹੇਠਾਂ ਪੁੜਪੁੜੀ 'ਚ ਵੱਜਾ ਅਤੇ ਆਰ ਪਾਰ ਹੋਇਆ, ਘੋੜਾ ਮਰ ਗਿਆ, ਧਰਤੀ 'ਤੇ ਡਿੱਗਾ। ਗੋਪਾਲ ਚੰਦ ਗਲੇਰੀਆ ਰਾਜਾ ਘੋੜਾ ਮਰਿਆ ਵੇਖ ਕੇ ਮੈਦਾਨ ਛੱਡ ਕੇ ਨੱਸ ਗਿਆ, ਆਪਣੇ ਸਾਥੀਆਂ 'ਚ ਜਾ ਕੇ ਰਲਿਆ, ਫਿਰ ਨਵਾਂ ਘੋੜਾ ਲਿਆ। ਇੱਧਰ ਕਿਰਪਾਲ ਚੰਦ ਜਿਹੜਾ ਹੈ ਇਹ ਪੀਰ ਬੁੱਧੂ ਸ਼ਾਹ ਦੇ ਕੋਲ ਆ ਕਰਕੇ ਉਹਨਾਂ ਨੂੰ ਬੜੇ ਪਿਆਰ ਦੇ ਬਚਨ ਕਹਿ ਕੇ ਹੌਸਲਾ ਦਿੱਤਾ ਹੈ ਵੀ ਪੀਰ ਜੀ ਗੁਰੂ ਸਾਹਿਬ ਜੀ ਭਲੀ ਕਰਨਗੇ, ਤੁਹਾਡੇ ਸਪੁੱਤਰ ਨੇ ਵੀਰ ਗਤੀ ਪ੍ਰਾਪਤ ਕੀਤੀ ਹੈ, ਡੋਲਣਾ ਨਹੀਂ ਹੈ। ਸੋ ਇਸ ਤਰ੍ਹਾਂ ਪੀਰ ਜੀ ਨੂੰ ਥਾਪੜਾ ਦੇ ਕੇ ਗੁਰੂ ਕਲਗੀਧਰ ਸਾਹਿਬ ਕੋ ਆ ਕੇ ਸਾਰੀ ਖਬਰ ਦੱਸੀ ਵੀ ਐਵੇਂ ਮਹਾਰਾਜ ਇੱਕ ਪੀਰ ਬੁੱਧੂ ਸ਼ਾਹ ਦਾ ਪੁੱਤਰ ਜੰਗ ਦੇ ਵਿੱਚ ਸ਼ਹੀਦ ਹੋਇਆ ਹੈ ਅਤੇ ਮੈਂ ਵੀ ਗੋਪਾਲ ਰਾਜੇ ਦੇ ਤੀਰ ਮਾਰਿਆ,
ਪਰ ਉਹਦੇ ਘੋੜੇ ਦੀ ਪੁੜਪੁੜੀ 'ਚ ਵੱਜਾ, ਘੋੜਾ ਮਰ ਗਿਆ। ਪਰ ਰਾਜਾ ਮੈਦਾਨ ਦੇ ਵਿੱਚੋਂ ਜਾਨ ਬਚਾ ਕੇ ਨਸਣ 'ਚ ਕਾਮਯਾਬ ਹੋਇਆ। ਮਹਾਰਾਜ ਨੇ ਸੁਣ ਕੇ ਕਿਹਾ, ਸ਼ਾਬਾਸ਼, ਕਿਰਪਾਲ ਚੰਦ ਜੀ ਨੂੰ ਸ਼ਾਬਾਸ਼ ਦਿੱਤੀ ਹੈ। ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਨੂੰ ਮਹਾਰਾਜ ਨੇ ਸ਼ਾਬਾਸ਼ ਕਹੀ ਹੈ। ਕਹਿੰਦੇ, ਇਹਨਾਂ ਅਣਖ ਰੱਖ ਕੇ ਵਿਖਾਈ ਹੈ, ਆਪਣੀ ਆਣ ਰੱਖ ਕੇ ਵਿਖਾਈ ਹੈ ਜਿਹੜਾ ਜੰਗ ਦੇ ਵਿੱਚ ਐਸਾ ਲੜੇ ਨੇ। ਇਸ ਤੋਂ ਬਾਅਦ ਫਿਰ ਚੰਦੇਲ ਦਾ ਰਾਜਾ ਅਤੇ ਹਰੀਚੰਦ ਹੰਡੂਰੀ, ਇਹਨਾਂ ਨੇ ਜਥਾ ਇਕੱਠਾ ਕਰ ਲਿਆ। ਇਹ ਚਾਹੁੰਦੇ ਹਨ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਸਿੱਧਾ ਜਾ ਕੇ ਜੰਗ ਕੀਤਾ ਜਾਵੇ। ਇਹ ਅੱਗੇ ਵਧੇ ਨੇ, ਤੀਰਾਂ ਅਤੇ ਗੋਲੀਆਂ ਦਾ ਮੀਂਹ ਵਰਾਇਆ, ਪਰ ਸੰਗੋ ਸ਼ਾਹ ਨੇ ਇਹਨਾਂ ਦੀ ਕੋਈ ਵਾਹ ਪੇਸ਼ ਨਹੀਂ ਜਾਣ ਦਿੱਤੀ, ਅੱਗੇ ਨਹੀਂ ਸੂਰਮਾ ਵਧਣ ਦਿੰਦਾ। ਇਹ ਇਸ ਤਰ੍ਹਾਂ ਜੰਗ ਹੋ ਰਿਹਾ ਹੈ, ਮਾਰ ਲਓ ਦੋਵੇਂ ਦਲ ਕਹਿ ਰਹੇ ਨੇ। ਕਲਗੀਧਰ ਮਹਾਰਾਜ ਸਾਹਿਬ ਜੀ ਆਪਣੇ ਨੇਤਰਾਂ ਦੇ ਨਾਲ ਸੂਰਮਿਆਂ ਦਾ ਯੁੱਧ ਵੇਖ ਰਹੇ ਹਨ। ਇੱਥੋਂ ਤੀਕਰ ਕੱਲ੍ਹ ਪ੍ਰਸੰਗ ਸਰਵਣ ਕੀਤੇ ਨੇ, ਇੱਥੋਂ ਅੱਗੇ ਅੱਜ ਜੋ ਜੰਗ ਯੁੱਧ ਦਾ ਪ੍ਰਸੰਗ ਆਉਂਦਾ ਵੀ ਹਯਾਤ ਖਾਨ ਜਿਹੜਾ ਨਿਮਖ ਹਰਾਮੀ ਹੈ ਉਹਦਾ ਜੰਗ ਯੁੱਧ ਸ਼੍ਰੀ ਮਹੰਤ ਕਿਰਪਾਲ ਦਾਸ ਉਦਾਸੀ ਸਾਧੂ ਦੇ ਨਾਲ ਜਿਵੇਂ ਹੋਇਆ, ਜਿਵੇਂ ਸ਼੍ਰੀ ਮਹੰਤ ਨੇ ਹਯਾਤ ਖਾਨ ਨੂੰ ਮਾਰਿਆ, ਇਹ ਪ੍ਰਸੰਗ ਆਪਾਂ ਅੱਜ ਸਰਵਣ ਕਰਾਂਗੇ। ਆਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਦਾ ਧਰੀਏ ਧਿਆਨ। ਸਾਰੀ ਸੰਗਤ ਲਵਾਓ ਹਾਜ਼ਰੀ, ਰਸਨਾ ਕਰੋ, ਪਵਿੱਤਰ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਇਸ ਤਰ੍ਹਾਂ ਜਦੋਂ ਸਾਧ ਸੰਗਤ ਜੀ ਜੰਗ ਮਚਿਆ ਹੈ, ਜੰਗ ਦੇ ਵਿੱਚ ਜਦੋਂ ਵੇਖਿਆ ਨਾ ਪਹਾੜੀਆਂ ਨੇ ਵੀ ਸਾਡੇ ਬੰਦਿਆਂ ਦਾ ਨੁਕਸਾਨ ਜ਼ਿਆਦਾ ਹੋ ਰਿਹਾ ਹੈ, ਉਦੋਂ ਇਹਨਾਂ ਨੇ ਕੀ ਕੀਤਾ ਵੀ ਜਿਹੜਾ ਭੀਖਮ ਖਾਨ ਪਠਾਨ ਅਤੇ ਹਯਾਤ ਖਾਨ ਹੈ ਤੇ ਨਜਾਫਤ ਖਾਨ ਤੇ ਤੀਸਰੇ ਪਠਾਨ ਦਾ ਨਾਂ ਜਿਹੜੇ ਨਿਮਖ ਹਰਾਮੀ ਹੋ ਕੇ ਗੁਰੂ ਸਾਹਿਬ ਦੇ ਕੋਲੋਂ ਤਨਖਾਹ ਲੈਂਦੇ ਰਹੇ ਤੇ ਲੜਨ ਦੇ ਲਈ ਪਹਾੜੀਆਂ ਦੇ ਨਾਲ ਆਣ ਮਿਲੇ, ਤੀਸਰਾ ਜਿੱਥੇ ਨਜਾਬਤ ਖਾਨ ਖਲੋਤਾ ਹੈ, ਭੀਖਨ ਖਾਨ, ਹਯਾਤ ਖਾਨ ਤੇ ਨਜਾਬਤ ਖਾਨ ਜਿੱਥੇ ਆਪਣੇ ਪਠਾਨਾਂ ਨੂੰ ਲੈ ਕੇ ਖਲੋਤੇ ਨੇ। ਉਸ ਵੇਲੇ ਕੀ ਹੋਇਆ ਵੀ ਫਤਿਹ ਸ਼ਾਹ ਰਾਜੇ ਨੇ ਜਦੋਂ ਵੇਖਿਆ ਵੀ ਸਾਡੇ ਬੰਦੇ ਤਾਂ ਮਰਦੇ ਜਾ ਰਹੇ ਆ, ਪਰ ਇਹ ਜਿਹੜੇ ਪਠਾਨ ਕਹਿੰਦੇ ਸਨ ਵੀ ਅਸੀਂ ਇਕੱਲੇ ਹੀ ਬੜੇ ਹਾਂ ਗੁਰੂ ਮਹਾਰਾਜ ਦੀਆਂ ਫੌਜਾਂ ਨਾਲ ਲੜਨ ਵਾਸਤੇ, ਵੀ ਇਹ ਤਾਂ ਕੋਈ ਅੱਗੇ ਨਹੀਂ ਆ ਰਿਹਾ। ਉਸ ਵੇਲੇ ਫਤਿਹ ਸ਼ਾਹ ਨੇ ਇਹਨਾਂ ਪਠਾਨਾਂ ਤਿੰਨਾਂ ਦੇ ਨੇੜੇ ਆਪਣਾ ਵਕੀਲ ਜਿਹੜਾ ਚੰਗਾ ਕੋਈ ਸਿਆਣਾ ਦੂਤ ਸੀ ਵਕੀਲ, ਫਤਿਹ ਸ਼ਾਹ ਰਾਜੇ ਨੇ ਹੋਰ ਰਾਜਿਆਂ ਸਲਾਹ ਕਰਕੇ ਤੇ ਇਹਨਾਂ ਤਿੰਨਾਂ ਪਠਾਨਾਂ ਨੂੰ ਸੁਨੇਹਾ ਭੇਜਿਆ ਹੈ। ਪਾਦੜੀ ਸੰਦ ਤਤਕਾਲ ਆਇਓ ਤਿੰਨ ਬਾਤ ਕਹੀ, ਫਤਿਹ ਸ਼ਾਹ ਦਾ ਭੇਜਿਆ ਦੂਤ ਬੜੀ ਛੇਤੀ ਉਸ ਥਾਂ ਤੇ ਗਿਆ ਜਿੱਥੇ ਤਿੰਨੇ ਪਠਾਨ ਖਲੋਤੇ ਨੇ, ਤੇ ਫਤਿਹ ਸ਼ਾਹ ਵੱਲੋਂ ਜਾ ਕੇ ਸੁਨੇਹਾ ਦਿੱਤਾ, ਬਾਤ ਗੱਲ ਦੱਸੀ। ਤਨ ਕਿਉਂ ਰਣ ਕੇ ਤੈਂ ਦੇਤ ਨਹੀਂ, ਕਹਿ ਲੱਗੇ ਹੇ ਖਾਨ ਸਾਹਿਬ, ਫਤਿਹ ਸ਼ਾਹ ਰਾਜਾ ਕਹਿੰਦਾ ਏ ਵੀ ਤੁਸੀਂ ਇੱਕ ਪਾਸੇ ਦੇ ਕਿਨਾਰੇ ਹੋ ਕੇ ਕਿਉਂ ਖਲੋਤੇ ਹੋ, ਆਪਣਾ ਤਨ ਜੰਗ ਦੇ ਮੈਦਾਨ ਵਿੱਚ ਕਿਉਂ ਨਹੀਂ ਦਿੰਦੇ, ਭਾਵ ਦੇ ਸਰੀਰ ਕਰਕੇ ਤੁਸੀਂ ਕਿਉਂ ਨਹੀਂ ਸ਼ਾਮਿਲ ਹੋ ਰਹੇ, ਇੰਨਾ ਜੰਗ ਮਚਿਆ ਹੈ।
ਇੱਕ ਪਾਸੇ ਦੇ ਕਿਉਂ ਖਲੋਤੇ ਹੋ, ਤਨ ਦੇਹੀ ਦੇ ਨਾਲ ਜੰਗ ਕਿਉਂ ਨਹੀਂ ਲੜਦੇ? ਸਰਕਾਰ ਨੇ ਆਪ ਬਚਾਵਤ ਫਤਿਹ ਸ਼ਾਹ ਪੁੱਛਦਾ ਹੈ, ਹੇ ਪਠਾਨ ਭੀਖਣ ਸ਼ਾਹ ਆਦਿਕ, ਕੀ ਕਾਰਨ ਹੈ ਵੀ ਤੁਸੀਂ ਆਪਣਾ ਆਪ ਬਚਾਉਂਦੇ ਫਿਰਦੇ ਹੋ, ਆਪਣੀ ਜਾਨ ਕਿਉਂ ਲੁਕਾਉਂਦੇ ਫਿਰਦੇ ਹੋ, ਜੰਗ ਵਿੱਚ ਕਿਉਂ ਨਹੀਂ ਸ਼ਾਮਲ ਹੁੰਦੇ? ਮੁਲਕਾਂ ਸਰ ਕਿਉਂ ਨਾ ਚਲਾਵਤ, ਅੱਗੇ ਵੱਧ ਕੇ ਤੁਸੀਂ ਕਿਉਂ ਨਹੀਂ ਗੁਰੂ ਦੇ ਦਲ ਦੇ ਉੱਤੇ ਗੋਲੀਆਂ ਚਲਾਉਂਦੇ, ਤੀਰ ਕਿਉਂ ਨਹੀਂ ਚਲਾਉਂਦੇ, ਸ਼ਸਤਰਾਂ ਦਾ ਵਾਰ ਕਿਉਂ ਨਹੀਂ ਕਰਦੇ? ਹੋਰ ਤੀਰ ਗਵਾਰ ਮਕਾਨਤ, ਫਤਿਹ ਸ਼ਾਹ ਨੇ ਕਹਿ ਕੇ ਭੇਜਿਆ ਹੈ ਵੀ ਤੁਸੀਂ ਤਾਂ ਪਹਿਲਾਂ ਕਹਿੰਦੇ ਸੀ ਵੀ ਗੁਰੂ ਗੋਬਿੰਦ ਸਿੰਘ ਕੋਲ ਕਿਹੜੀ ਫੌਜ ਹੈ, ਦਸਵੇਂ ਪਾਤਸ਼ਾਹ ਦੇ ਪਾਸ ਤਾਂ ਸਾਰੇ ਗਵਾਰ ਲੋਕ, 36 ਤਰ੍ਹਾਂ ਦੇ ਨੀਚ ਜਾਤਾਂ ਦੇ ਲੋਕ ਹੀ ਇਕੱਠੇ ਹੋਏ ਹਨ। ਹਥਿਆਰਨ ਪੇਵ ਨਾ ਜਾਣਤੈ, ਹੇ ਪਠਾਨੋ, ਫਤਿਹ ਸ਼ਾਹ ਰਾਜਾ ਕਹਿੰਦਾ ਤੁਸੀਂ ਤੇ ਬੜੀਆਂ ਸ਼ੇਖੀਆਂ ਮਾਰਦਿਆਂ ਕਹਿੰਦੇ ਸੀ ਵੀ ਗੁਰੂ ਕੋ ਸੂਰਮੇ ਕਿੱਥੇ ਆ, ਉਹਨਾਂ ਨੇ ਲੜਨਾ ਕੀ, ਉਹਨਾਂ ਨੂੰ ਤਾਂ ਹਥਿਆਰ ਨੀ ਹੱਥ ਦੇ ਵਿੱਚ ਫੜਨੇ ਆਉਂਦੇ, ਉਹਨਾਂ ਨੂੰ ਤਾਂ ਸ੍ਰੀ ਸਾਹਿਬ ਦੇ ਮੁੱਠੇ ਦੇ ਉੱਤੇ ਹੱਥ ਨੀ ਪਾਉਣਾ ਆਉਂਦਾ। ਇਸ ਕਰਕੇ ਫਿਰ ਹੁਣ ਤੁਸੀਂ ਮਿਲ ਕੇ ਤੇ ਕਿਉਂ ਨੀ ਗੁਰੂ ਦੇ ਦਲ ਦੇ ਉੱਤੇ ਹੱਲਾ ਕਰਦੇ? ਲੁੱਟ ਮਾਫ ਕਰੀ ਤਨ ਲਿਓ ਸਭੈ, ਤੇ ਨਾਲੇ ਤੁਸੀਂ ਕਹਿੰਦੇ ਜਿਵੇਂ ਮੰਗ ਕੀਤੀ ਸੀ ਵੀ ਸਾਨੂੰ ਲੁੱਟ ਮਾਫ ਕੀਤੀ ਜਾਵੇ, ਤੇ ਫਤਿਹ ਸ਼ਾਹ ਨੇ ਦੂਤ ਸੁਨੇਹਾ ਦੇ ਰਿਹਾ ਹੈ ਫਤਿਹ ਸ਼ਾਹ ਦਾ ਪਠਾਨਾਂ ਨੂੰ, ਕਹਿੰਦਾ ਫਤਿਹ ਸ਼ਾਹ ਰਾਜਾ ਕਹਿੰਦਾ ਨਾਲੇ ਤੁਹਾਨੂੰ ਲੁੱਟ ਮਾਫ ਕੀਤੀ ਹੈ, ਅਹਿਦਨਾਮਾ ਕੀਤਾ ਲਿਖਤੀ ਤੌਰ ਤੇ ਵੀ ਜਿੰਨਾ ਵੀ ਗੁਰੂ ਦਾ ਖਜ਼ਾਨਾ ਲੁੱਟੋ ਤੁਹਾਡੇ ਕੋਲ ਹਿੱਸਾ ਨਹੀਂ ਲਿਆ ਜਾਵੇਗਾ। ਸੁਣ ਭੀਖਣ ਖਾਨ ਬਖਾਨ ਕਰਿਓ, ਜਦੋਂ ਭੀਖਣ ਖਾਨ ਨੇ ਦੂਤ ਦੇ ਕੋਲੋਂ ਸੁਨੇਹਾ ਸੁਣਿਆ ਤਾਂ ਪਠਾਨ ਕਹਿਣ ਲੱਗਾ ਹੈ ਦੂਤ ਸੁਣ ਅਤੇ ਆਪਣੇ ਰਾਜੇ ਫਤਿਹ ਸ਼ਾਹ ਨੂੰ ਵੀ ਜਾ ਕੇ ਸੁਨੇਹਾ ਦੇ ਦਵੇ। ਦੇਰ ਨਹੀਂ ਲੱਖ ਜੰਗ ਪਰਿਓ, ਕਹਿੰਦੇ ਬਸ ਹੁਣ ਜੰਗ ਕਰਨ ਦੇ ਵਿੱਚ ਸਾਡੇ ਵੱਲੋਂ ਕੋਈ ਦੇਰ ਨਹੀਂ ਹੈ, ਹਾਲਾਂ ਤਾਂ ਜੰਗ ਮਾਚੀ ਰਿਹਾ ਹੈ ਤੇ ਅਸੀਂ ਵੀ ਜੰਗ ਦੇ ਵਿੱਚ ਜਾ ਕੇ ਜੌਹਰ ਵਿਖਾਵਾਂਗੇ, ਬਹੁਤੀ ਦੇਰ ਨਹੀਂ ਲੱਗੇਗੀ। ਦਸ ਵੀਸ ਕਬੀਰ ਹੈ ਇਨ ਮੈਂ, ਬਸ ਜਾ ਕੇ ਫਤਿਹ ਸ਼ਾਹ ਨੂੰ ਕਹਿ ਦਿਓ ਵੀ 20 ਦੀ ਗਿਣਤੀ ਹੋਣੀ ਹੈ ਜਿਹੜੇ ਸੂਰਮੇ ਨੇ ਗੁਰੂ ਦੇ ਦਲ ਦੇ ਵਿੱਚ, ਜਿਨ੍ਹਾਂ ਨੂੰ ਜੰਗ ਕਰਨਾ ਆਉਂਦਾ, ਜਿਨ੍ਹਾਂ ਨੂੰ ਸ਼ਸਤਰ ਚਲਾਉਣੇ ਆਉਂਦੇ ਨੇ, 20 ਸੂਰਮੇ ਹਨ ਗੁਰੂ ਮਹਾਰਾਜ ਦੇ ਦਲ ਅੰਦਰ। ਤੇ ਅਸੀਂ ਵੀ ਹੁਣੇ ਜਦੋਂ ਮੈਦਾਨ ਦੇ ਵਿੱਚ ਪਹੁੰਚ ਗਏ ਤਾਂ ਭੀਖਣ ਖਾਂ ਕਹਿੰਦਾ ਫਤਿਹ ਸ਼ਾਹ ਜੀ ਨੂੰ ਕਹੋ ਵੀ ਅਸੀਂ ਵੀ ਅੰਦਰ ਜਾ ਕੇ ਜਿਹੜੇ 20 ਸੂਰਮੇ ਆ ਇਹਨਾਂ ਨੂੰ ਹੁਣੇ ਹੀ ਮਾਰ ਦਿਆਂਗੇ ਜੰਗ ਦੇ ਵਿੱਚ। ਫਤਿਹ ਨਾ ਚਿੰਤ ਕਰੇ, ਬਸ ਸਿੱਕੇ ਵਾਲਾ ਹੱਲਾ ਕਰਕੇ ਤਾਂ ਅਸੀਂ ਫਤਿਹ ਲੈ ਲਵਾਂਗੇ, ਫਤਿਹ ਸ਼ਾਹ ਨੂੰ ਕਹੋ ਵੀ ਤੂੰ ਚਿੰਤਾ ਨਾ ਕਰ, ਫਿਕਰ ਨਾ ਕਰ, 20 ਸੂਰਮੇ ਗੁਰੂ ਦੇ ਅਸੀਂ ਮਾਰਾਂਗੇ। ਰਣ ਕੇ ਓਏ ਦਾਵ ਅਨੇਕ ਤਰੇ, ਕਿਉਂਕਿ ਜਿਹੜਾ ਜੰਗ ਹੁੰਦਾ ਹੈ ਜੰਗ ਲੜਨ ਦੇ ਕਈ ਹੇਠਾਂ ਉੱਤੇ ਦੇ ਸੱਜੇ ਖੱਬੇ ਦੇ ਕਈ ਤਰ੍ਹਾਂ ਦੇ ਦਾਅ ਹੁੰਦੇ ਆ, ਅਸੀਂ ਵੀ ਆਪਣੇ ਦਾਅ ਦੇ ਉੱਤੇ ਹੀ ਹੈ, ਬਸ ਮੌਕਾ ਵੇਖ ਕੇ ਜੰਗ ਕਰਾਂਗੇ। ਪਾਕਤ ਖਾਨ ਬਟੋਰ ਲਈਏ, ਇਸ ਤਰ੍ਹਾਂ ਵਕੀਲ ਨੂੰ ਸੁਨੇਹਾ ਦਿੱਤਾ, ਉਹ ਤਾਂ ਚਲਾ ਗਿਆ, ਉਹਨੇ ਜਾ ਕੇ ਫਤਿਹ ਸ਼ਾਹ ਨੂੰ ਦੱਸਤਾ ਵੀ ਪਠਾਨ ਕਹਿੰਦੇ ਵੀ ਅਸੀਂ ਜੰਗ ਨੂੰ ਤਿਆਰ ਬੈਠੇ ਹਾਂ। ਉਹ ਦੂਤ ਦੇ ਜਾਣ ਤੋਂ ਬਾਅਦ ਭੀਖਣ ਖਾਨ ਨੇ ਆਪਣੇ ਸਾਰੇ ਹੀ ਜਿਹੜੇ ਖਾਨ ਸਨ ਉਹਨਾਂ ਨੂੰ ਆਵਾਜ਼ ਮਾਰ ਕੇ ਤੇ ਇੱਕ ਥਾਂ ਤੇ ਇਕੱਠਿਆਂ ਕਰ ਲਿਆ। ਗੇਲ ਕਰੋ ਸਭ ਜ਼ੋਰ ਦੀਏ, ਤੇ ਭੀਖਣ ਖਾਨ ਨੇ ਬੜੇ ਜ਼ੋਰ ਦੇ ਨਾਲ ਵੰਗਾਰ ਕੇ ਕਿਹਾ, ਉਹ ਪਠਾਨੋ ਤੁਹਾਡੀ ਅਣਖ ਦੀ ਗੱਲ ਬਣੀ ਹੈ,
ਤੇ ਇੱਕੇ ਵਾਰ ਸਾਰੇ ਇਕੱਠੇ ਹੋ ਕੇ ਜ਼ੋਰ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਫੌਜਾਂ ਤੇ ਹੱਲਾ ਕਰਦੇ ਹੋ। ਜਦੋਂ ਭੀਖਨ ਖਾਨ ਨੇ ਵੰਗਾਰ ਪਾਈ ਤਾਂ ਜਿਹੜਾ ਹਯਾਤ ਖਾਨ ਪਠਾਨ ਸੀ ਉਹ ਸੁਣ ਕੇ ਬੜਾ ਗੁੱਸੇ ਵਿੱਚ ਬੜਾ ਕ੍ਰੋਧ ਦੇ ਵਿੱਚ ਆਇਆ। ਜਦ ਭੀਖਨ ਖਾਨ ਭਿਖੇ ਸਭ, ਭੀਖਨ ਖਾਨ ਦੇ ਸਮੇਤ ਸਾਰੇ ਪਠਾਣਾ ਨੇ ਵੇਖਿਆ ਵੀ ਇਹ ਜਿਹੜਾ ਹਯਾਤ ਖਾਨ ਹੈ ਵੀ ਇਹਨੂੰ ਬੜਾ ਗੁੱਸਾ ਆਇਆ, ਬੜਾ ਕ੍ਰੋਧ ਆਇਆ ਜੰਗ ਕਰਨ ਦੇ ਲਈ। ਤੇਜ ਤੁਰੰਗ ਤਵਾਏ ਪਰੇ, ਉਸੇ ਵੇਲੇ ਹਯਾਤ ਖਾਨ ਆਪਣੇ ਘੋੜੇ ਨੂੰ ਤੇਜ ਕਰਕੇ ਜਿੱਥੇ ਜੰਗ ਹੋ ਰਿਹਾ ਦੜਾ ਕੇ ਘੋੜਾ ਜੰਗ ਦੇ ਮੈਦਾਨ ਵਿੱਚ ਪਹੁੰਚ ਗਿਆ। ਅਤਮਾਨਨ ਗੋ ਦਲ ਸੰਗ ਹਰਿਓ, ਕਹਿੰਦੇ ਜਾ ਕੇ ਗੁਰੂ ਦੇ ਦਲ ਦੇ ਨਾਲ ਅੜ ਗਿਆ ਤੇ ਆਪਣੇ ਤੀਰ ਕਮਾਨ ਦੇ ਵਿੱਚੋਂ ਤੀਰ ਚਲਾਉਣ ਲੱਗ ਪਿਆ। ਤੇ ਇਹਦੇ ਜਿਹੜੇ ਬਾਕੀ ਜਥੇ ਦੇ ਸਮੂਹ ਪਠਾਨ ਹਨ ਉਹ ਵੀ ਕਹਿੰਦੇ ਵੀ ਇਹਦੇ ਨਾਲ ਹੀ ਸਾਰੇ ਚੱਲ ਪਏ। ਅਤ ਤੀਰ ਦਫੰਗਲ ਮਾਰ ਕੇ, ਤੇ ਜਿੰਨੇ ਵੀ ਪਠਾਨ ਸਮੂਹ ਇਕੱਠੇ ਹੋ ਕੇ ਤੇ ਮਗਰ ਮਗਰ ਜਾ ਰਹੇ ਹਨ। ਹੱਦ ਤੀਰ ਤੁਫੰਗਨ ਮਾਰ ਕਹਿ, ਕਹਿੰਦਾ ਮਾਰ ਲਓ ਗੋਲੀਆਂ ਮਾਰ ਕੇ, ਤੀਰ ਮਾਰ ਕੇ ਗੁਰੂ ਦੇ ਦਲ ਨੂੰ ਮਾਰ ਲਓ। ਏਦਾਂ ਨਾਲੇ ਗੋਲੀਆਂ ਚਲਾਉਂਦਾ ਏ, ਨਾਲੇ ਆਪਣੇ ਜਥੇ ਨੂੰ ਹਯਾਤ ਖਾਂ ਕਹਿ ਕੇ ਤੀਰ ਚਲਾਉਂਦਾ ਏ ਤੇ ਮਾਰ ਲਓ ਮਾਰ ਲਓ, ਗੁਰੂ ਕੇ ਸਿੱਖਾਂ ਨੂੰ ਜਾਣ ਨਾ ਦਿਓ। ਘੋੜੇ ਦੇ ਉੱਤੇ ਸਵਾਰ ਹੈ ਜਿਹੜੇ ਜੰਗ ਦੇ ਪੈਂਤੜੇ ਕੱਢਦੇ ਆ, ਕਦੀ ਸੱਜੇ ਕਦੀ ਖੱਬੇ ਜਾਂਦੇ ਹਨ, ਘੋੜੇ ਦੜਾ ਕੇ ਇੱਕ ਥਾਂ ਤੇ ਨਹੀਂ ਖਲੋਂਦੇ। ਇਹ ਵੀ ਜਿਹੜੇ ਸੂਰਮੇ ਜੰਗ ਕਰਦੇ ਉਹਨਾਂ ਦਾ ਇੱਕ ਦਾਅ ਹੁੰਦਾ ਸੀ ਵੀ ਇੱਕ ਥਾਂ ਤੇ ਰਹਾਂਗੇ, ਕੋਈ ਨਿਸ਼ਾਨਾ ਮਾਰੇਗਾ, ਸੱਜੇ ਖੱਬੇ ਰਹਾਂਗੇ ਤਾਂ ਕਿਸੇ ਦਾ ਵਾਰ ਨਹੀਂ ਛੇਤੀ ਲੱਗੇਗਾ। ਇਸ ਪੈਂਤੜੇ ਨੂੰ ਵਰਤਦਿਆਂ ਹੋਇਆਂ ਹਯਾਤ ਖਾਨ ਆਪਣੇ ਸੂਰਮਿਆਂ ਦੇ ਨਾਲ ਕਹਿੰਦੇ ਇੱਧਰ ਤੇ ਉੱਧਰ ਦੌੜ ਦੌੜ ਕੇ ਜਾਂਦਾ ਤੇ ਗੁਰਸਿੱਖਾਂ ਦੇ ਉੱਤੇ ਵਾਰ ਕਰਦਾ ਹੈ। ਜਿਹੜਾ ਕੋਈ ਗੁਰੂ ਘਰ ਸਿੱਖ ਨੂੰ ਅੱਗੇ ਵੱਧਦਾ ਹੁੰਦਾ ਵੇਖਦਾ ਹਯਾਤ ਖਾਨ ਉਹਦੇ ਵੱਲ ਨੂੰ ਸ਼ਸਤਰ ਚਲਾਉਂਦਾ ਤੀਰ ਮਾਰਦਾ ਏਜਕ ਜੰਗ ਮਚੇ। ਕਹਿੰਦੇ ਵੀ ਭਿਆਨਕ ਜੰਗ ਮਚ ਗਿਆ, ਨਗਾਰੇ ਵੱਜ ਰਹੇ ਹਨ, ਦੋਹਰੀਆਂ ਚੋਬਾਂ ਲੱਗ ਰਹੀਆਂ ਨੇ। ਤੂਰਤ ਸੂਰਨ ਸਰੋਨ ਰਚੇ, ਤੇ ਜੋ ਧਰਤੀ ਹੈ ਉਹ ਧਰਤੀ ਦੀ ਜਿਹੜੀ ਧੂੜ ਹੈ ਇਸ ਤਰ੍ਹਾਂ ਦਾ ਕਹਿੰਦੇ ਵੀ ਉਹਦਾ ਗੇਰੂਆ ਜਿਹਾ ਰੰਗ ਹੋ ਗਿਆ ਵੀ ਸੂਰਮਿਆਂ ਦੇ ਸਰੀਰ ਤੇ ਫੱਟ ਲੱਗਦੇ ਆ, ਉਹ ਚੋਂ ਖੂਨ ਵਹਿ ਵਹਿ ਕੇ ਸਿਮ ਸਿਮ ਕੇ ਤੇ ਧਰਤੀ ਦਾ ਜਿਹੜਾ ਰੰਗ ਲਾਲ ਹੋ ਗਿਆ, ਜਿਹੜੀ ਧੂੜ ਹੈ ਉਹ ਲਾਲੋ ਲਾਲ ਹੋ ਗਈ, ਸੂਰਮਿਆਂ ਦੇ ਖੂਨ ਨਾਲ ਰਚ ਮਿਚ ਗਈ ਹੈ। ਮੁਖਮਾਰ ਮਾਰ ਉਚਾਰਤੇ, ਤੇ ਜੰਗ ਦੇ ਵਿੱਚ ਸੂਰਮੇ ਦੋਵੇਂ ਪਾਸਿਓਂ ਮੁਖੋਂ ਮਾਰ ਲੋ ਮਾਰ ਲੋ। ਉਧਰ ਗੁਰੂ ਕੇ ਸਿੱਖ ਕਹਿੰਦੇ ਹਨ ਇਹਨਾਂ ਨੂੰ ਨਿਮਖ ਰਾਮਾਂ ਨੂੰ ਜਾਣ ਨਾ ਦਿਓ, ਉਧਰ ਪਠਾਨ ਕਹਿੰਦੇ ਆ ਸਿੱਖੜੇ ਦਾਏ ਨੇ ਭੱਜ ਨਾ ਜਾਣ, ਇੱਦਾਂ ਮਾਰ ਲੋ ਮਾਰ ਲੋ ਪੁਕਾਰਦੇ ਹਨ। ਮਰਗਾ ਗੁਲਗਾਨ ਸੁਡਾਰਤੇ, ਤੇ ਬਹੁਤੀਆਂ ਕਹਿੰਦੇ ਗੋਲੀਆਂ ਚੱਲਦੀਆਂ ਨੇ, ਮਾਨੋ ਵੀ ਗੋਲੀਆਂ ਦਾ ਤਾਂ ਮੀਂਹ ਹੀ ਪੈ ਰਿਹਾ ਹੋਵੇ। ਅੰਨਿਆ ਸਮ ਸੀਸ ਫੁੱਟੇ ਸੋ ਗਿਰੇ, ਤੇ ਇੱਧਰ ਜਿਹੜੇ ਸੂਰਮੇ ਜਦੋਂ ਪਠਾਨ ਅੱਗੇ ਵਧੇ ਤੇ ਸਿੱਖਾਂ ਨੇ ਵੀ ਹੱਲਾ ਕੀਤਾ, ਜਦੋਂ ਹੱਲਾ ਕੀਤਾ ਤੇ ਬਹੁਤੇ ਪਠਾਨਾਂ ਦੇ ਕਹਿੰਦੇ ਸਿਰ ਦੇ ਉੱਤੇ ਇਸ ਤਰ੍ਹਾਂ ਆ ਕੇ ਵਾਰ ਵੱਜੇ ਵੀ ਜਿਵੇਂ ਹੰਡੀਆਂ ਜਿਹੜੇ ਜਿਵੇਂ ਤੌੜੀ ਹੁੰਦੀ ਹੈ ਨਾ, ਜਿਹਦੇ ਵਿੱਚ ਕੋਈ ਪੁਰਾਣੀਆਂ ਮਾਈਆਂ ਜਿਵੇਂ ਕੋਈ ਸਬਜ਼ੀ ਭਾਜੀ ਰਹਿੰਦੀਆਂ ਹੁੰਦੀਆਂ ਸਨ, ਜਿਵੇਂ ਕੋਈ ਤੌੜੀ ਕੋਈ ਹੰਡੀਆ ਕਹਿੰਦੇ ਵੀ ਟੁੱਟੀ ਫੁੱਟੀ ਹੋਵੇ, ਇਸ ਤਰ੍ਹਾਂ ਸੂਰਮਿਆਂ ਦੇ ਸਿਰ ਜਿਹੜੇ ਹਨ
ਉਹ ਪਾਟੇ ਹੋਏ ਨੇ, ਸਿਰ ਖੁੱਲੇ ਹੋਏ ਨੇ, ਸਿਰ ਦੇ ਟੁਕੜੇ ਟੁਕੜੇ ਹੋਏ ਨੇ, ਮਾਨੋ ਕਿਸੇ ਨੇ ਹਾਂਡੀ ਭੰਨੀ ਹੋਵੇ ਸੋਟਾ ਮਾਰ ਕੇ। ਜਿਵੇਂ ਰਸੋਈ ਦੇ ਵਿੱਚ ਆਉਂਦੇ ਨੇ ਨਾ ਬਰਤਨ ਭੋਜਨ, ਉਹ ਇੱਥੇ ਪ੍ਰਕਰਨ ਲੈ ਕੇ ਕਵੀ ਜੀ ਕਹਿੰਦੇ ਵੀ ਸਿਰ ਤਾਂ ਸੂਰਮਿਆਂ ਦੇ ਏਦਾਂ ਕਹਿੰਦੇ ਵੀ ਮਿੱਧੇ ਗਏ ਆ, ਏਦਾਂ ਫੁੱਟੇ ਹੋਏ ਹਨ ਜਿਵੇਂ ਕਿਸੇ ਨੇ ਹਾਂਡੀ ਭੰਨੀ ਹੋਵੇ। ਅਤੇ ਜਿਹੜੇ ਸ਼ਸਤਰ ਲੱਗਣ ਦੇ ਨਾਲ ਕੋਈ ਬਾਹਾਂ ਹੱਥਾਂ ਦੇ ਹੱਥ ਬਾਹਾਂ ਦੇ ਸਮੇਤ ਕੱਢੇ ਗਏ ਨੇ ਤੇ ਧਰਤੀ ਦੇ ਪਏ ਨੇ, ਮਾਨੋ ਵੀ ਇਹ ਰਸੋਈ ਵਿਚਲੀਆਂ ਕੜਛੀਆਂ ਹੋਣ। ਜਨ ਪਾਤਰ ਤਾਏ ਤਰੀ, ਤੇ ਜਿਹੜੇ ਸੂਰਮੇ ਮਰੇ ਹੋਏ ਮੈਦਾਨ ਤੇ ਪਏ ਨੇ, ਉਹਨਾਂ ਦੀਆਂ ਢਾਲਾਂ ਮੈਦਾਨ ਵਿੱਚ ਪਈਆਂ ਨੇ, ਉਹ ਕਹਿੰਦੇ ਵੀ ਢਾਲਾਂ ਏਦਾਂ ਪਈਆਂ ਹਨ ਮਾਨੋ ਵੀ ਜਿਵੇਂ ਭੋਜਨ ਪਰੋਸਣ ਵਾਲੇ ਥਾਲ ਹੁੰਦੇ ਹਨ। ਤੇ ਜਿਹੜੇ ਸੂਰਮਿਆਂ ਦੀ ਮਿੱਝ ਨਿਕਲ ਰਹੀ ਹੈ, ਸੂਰਮਿਆਂ ਦੇ ਸਰੀਰ ਦੇ ਵਿੱਚੋਂ ਮਾਸ ਮਿੱਝ ਤੇ ਲਹੂ ਨਿਕਲ ਰਿਹਾ, ਇਹ ਮਾਨੋ ਵੀ ਖਾਣ ਵਾਲਾ ਭੋਜਨ ਹੈ ਤੇ ਉਹ ਢਾਲਾਂ ਰੂਪੀ ਕਹਿੰਦੇ ਥਾਲੀਆਂ ਦੇ ਵਿੱਚ ਰੱਖ ਕੇ ਪਰੋਸ ਕੇ ਰੱਖਿਆ ਹੋਇਆ ਹੈ। ਖਾਣ ਵਾਲੇ ਕੌਣ ਨੇ? ਕਹਿੰਦੇ ਬਹੁਤੀਆਂ ਜਿਹੜੀਆਂ ਜੋਗਨੀਆਂ ਹਨ, ਪ੍ਰੇਤ ਹਨ। ਕਹਿੰਦੇ ਵੀ ਗਨ ਜੋਗਨ 64 ਜੋਗਨੀਆਂ, ਜਿੱਥੇ ਕੋਈ ਜੰਗ ਯੁੱਧ ਹੁੰਦਾ ਹੋਵੇ, ਜਿਹੜੀਆਂ ਇਹ ਸਾਧ ਸੰਗਤ ਗੁਪਤ ਦੁਨੀਆਂ ਦੀਆਂ ਚੀਜ਼ਾਂ ਨੇ ਨਾ, ਜਿਵੇਂ ਇਹ ਜਿਹੜੀਆਂ ਜੋਗਨੀਆਂ ਹਨ, ਭੂਤ ਪ੍ਰੇਤ ਆਤਮਾਵਾਂ ਨੇ, ਇਹਨਾਂ ਦੀ ਖੁਰਾਕ ਇਹੀ ਹੈ ਵੀ ਸੂਰਮਿਆਂ ਦਾ ਲਹੂ ਪੀਣਾ, ਮਾਸ ਖਾਣਾ। ਤੇ ਕਹਿੰਦੇ ਬਹੁਤੀਆਂ ਜਿਹੜੀਆਂ ਜੋਗਣੀਆਂ ਹਨ, ਇਹ ਮਾਨੋ ਵੀ ਆ ਕਰਕੇ ਮਾਸ ਖਾ ਰਹੀਆਂ ਨੇ, ਪ੍ਰੇਤ ਖਾ ਰਹੇ ਨੇ ਤੇ ਰੱਜ ਰੱਜ ਕੇ ਡਕਾਰ ਮਾਰਦੇ ਹਨ। ਸੁਵਟਨ ਪਿੰਜਰ ਡਾਰ ਤੇ, ਬਹੁਤੇ ਜਿਹੜੇ ਗੁਰੂ ਮਹਾਰਾਜ ਦੇ ਜਾਂ ਕੋਈ ਵੀ ਜਿਹੜੇ ਸੂਰਮੇ ਜੰਗ ਦੇ ਮੈਦਾਨ ਵਿੱਚ ਡਿੱਗੇ ਹਨ ਦੋਹਾਂ ਦਲਾਂ ਦੇ, ਉਹਨਾਂ ਦੇ ਸਰੀਰ ਦਾ ਮਾਸ ਨੋਜ ਨੋਜ ਕੇ ਖਾ ਜਾਂਦੇ ਨੇ ਤੇ ਮਗਰ ਪਿੰਜਰ ਹੀ ਕਰਕੇ ਸੁੱਟ ਦਿੰਦੇ ਹਨ। ਗਿੱਦੜਾਂ ਨੂੰ ਪੁਕਾਰ ਕਰੇ ਤੇ ਬਹੁਤ ਹੀ ਕਹਿੰਦੇ ਗਿੱਦੜ ਆਦਿਕ ਜਿਹੜੇ ਹਨ ਉੱਥੇ ਪੁਕਾਰਾਂ ਕਰਦੇ ਮਾਸ ਖਾਂਦੇ ਹਨ। ਗ੍ਰਿਧ ਕੰਕ ਪਖੈ ਪਲ ਮੋਦ ਭਰੈ, ਗ੍ਰਿਧ ਕੰਕ ਪਖੈ ਪਲ ਮੋਦ ਭਰੈ, ਕਹਿੰਦੇ ਮਾਸ ਖਾਂਦੀਆਂ ਗਿਰਜਾਂ ਕਾਂ ਆਦਿਕ ਜਿਹੜੇ ਜੰਗਲੀ ਹਨ, ਨਾਲੇ ਤਾਂ ਮਾਸ ਖਾਂਦੇ ਨੇ ਤੇ ਨਾਲੇ ਟਹਿਕਦੇ ਹਨ, ਬਹੁਤ ਖੁਸ਼ੀ ਦੇ ਵਿੱਚ ਭਰ ਰਹੇ ਨੇ ਸੂਰਮਿਆਂ ਦਾ ਮਾਸ ਖਾ ਕੇ। ਕਿਤ ਕਾਇਲ ਹੈ ਜਲ ਜਾਚ ਤੈ, ਤੇ ਕਿਧਰੇ ਕੋਈ ਕਹਿੰਦੇ ਪਠਾਨ ਜਾਂ ਕੋਈ ਪਹਾੜੀਆਂ ਦਾ ਸੂਰਮਾ ਡਿੱਗਾ ਹੋਇਆ, ਜ਼ਖਮੀ ਹੋਇਆ, ਪਾਣੀ ਮੰਗ ਰਿਹਾ ਹੈ ਤੜਫਦਾ। ਇੱਕ ਲੋਟ ਸੋਨਨ ਰਾਚ ਤੈ, ਤੇ ਇੱਕ ਲੋਟ ਤੇ ਇੱਕ ਲੇਟਣੀਆਂ ਕੱਢ ਰਿਹਾ ਹੈ, ਲਹੂ ਦੇ ਨਾਲ ਹੀ ਰਚ ਮਿਚ ਗਿਆ ਸਾਰਾ ਸਰੀਰ ਜਿਹੜਾ ਉਹ ਖੂਨ ਦੇ ਨਾਲ ਲੱਥ ਪੱਥ ਹੋਇਆ ਏ। ਖਾਨ ਮਰੇ ਗੁਲ ਖਾਨ ਲੜੇ, ਇਸ ਤਰ੍ਹਾਂ ਜਦੋਂ ਹਿਆਦ ਖਾਨ ਦੇ ਸਮੇਤ ਪਠਾਣਾ ਨੇ ਅੱਗੇ ਨੂੰ ਕਹਿੰਦੇ ਵੀ ਵੱਧ ਕੇ ਹੱਲਾ ਕੀਤਾ ਗੁਰਸਿੱਖਾਂ ਉੱਤੇ, ਤੇ ਗੁਰੂ ਕੇ ਸਿੱਖਾਂ ਨੇ ਅੱਗੋਂ ਐਸੀਆਂ ਗੋਲੀਆਂ ਚਲਾਈਆਂ, ਐਸੇ ਤੀਰ ਚਲਾਏ ਵੀ ਬਹੁਤ ਹੀ ਖਾਨ ਜਿਹੜੇ ਸਨ ਗੋਲੀਆਂ ਦੇ ਨਾਲ ਮਰ ਕੇ ਧਰਤੀ ਤੇ ਡਿੱਗ ਪਏ। ਤਰਵਾਰਨ ਤੋਂ ਜੁਟ ਵੀਰ ਜਗੇ, ਜਦੋਂ ਗੋਲੀਆਂ ਚਲਾ ਦਿੱਤੀਆਂ, ਜਦੋਂ ਤੀਰ ਪੱਥਿਆਂ ਜੋ ਮੁੱਕ ਗਏ ਤਾਂ ਸ੍ਰੀ ਸਾਹਿਬਾਂ ਤਰਵਾਲਾਂ ਕਿਰਪਾਲਾਂ ਮਿਆਲਾਂ ਵਿੱਚੋਂ ਸੂਤ ਕੇ ਸੂਰਮੇ ਵੀਰ ਰਸ ਜਿਨ੍ਹਾਂ ਦੇ ਅੰਦਰ ਜਾਗਿਆ ਹੋਇਆ ਹੈ, ਆਪਸ ਦੇ ਵਿੱਚ ਗੁੱਥਮ ਗੁੱਥੀ ਹੋ ਗਏ, ਜੰਗ ਕਰਦੇ ਹਨ।
ਹਯਾਤ ਖਾਨ ਜਿਹੜਾ ਹੈ ਇਹ ਹਾਲਾਂ ਵੀ ਕਹਿੰਦੇ ਵੀ ਤੀਰ ਮਾਰ ਰਿਹਾ ਹੈ ਗੁਰਸਿੱਖਾਂ ਨੂੰ ਵੇਖ ਕੇ, ਤੇ ਗੁਰੂ ਕਲਗੀ ਧਰਮਾਂ ਰਾਜ ਦੇ ਦਲ ਨੂੰ ਕਹਿੰਦੇ ਡਰਾਇਆ ਚਾਹੁੰਦਾ ਹੈ, ਤੀਰ ਮਾਰ ਮਾਰ ਕੇ ਚਾਹੁੰਦਾ ਹੈ ਵੀ ਸਿੱਖਾਂ ਨੂੰ ਡਰਾ ਦਿਆਂ, ਇਹ ਡਰ ਕੇ ਜੰਗ ਛੱਡ ਕੇ ਤੇ ਭੱਜ ਜਾਣ। ਏਦਾਂ ਹਯਾਤ ਖਾਨ ਨੇ ਬੜਾ ਜ਼ੋਰ ਪਾਇਆ, ਅੰਗ ਬਚਾਏ ਪ੍ਰਾਰਤ, ਆਪਣੇ ਅੰਗਾਂ ਨੂੰ ਬਚਾ ਕੇ ਆਪਣਾ ਸਰੀਰ ਬਚਾ ਕੇ ਤੇ ਗੁਰੂ ਦੇ ਦਲ ਦੇ ਉੱਤੇ ਵਾਰ ਕਰਦਾ ਹਯਾਤ ਖਾਨ ਪਠਾਨ। ਤੇਜ ਕਰੇ ਲਲਕਾਰ, ਘੋੜੇ ਨੂੰ ਤੇਜ ਕਰਕੇ ਕਦੀ ਸੱਜੇ ਲੈ ਜਾਂਦਾ, ਕਦੀ ਖੱਬੇ ਲੈ ਜਾਂਦਾ ਤੇ ਲਲਕਾਰਾ ਮਾਰਦਾ ਆਪਣੇ ਸੂਰਮਿਆਂ ਨੂੰ, ਕਹਿੰਦਾ ਤਗੜੇ ਹੋ ਜਾਓ, ਤੇ ਗੁਰੂ ਕੇ ਸਿੱਖਾਂ ਨੂੰ ਕਹਿੰਦਾ ਆਓ ਮੇਰੇ ਨਾਲ ਜਿਹਨੇ ਜੰਗ ਕਰਨਾ ਹੈ। ਨਾਲ ਮੈਂ ਬਲ ਦੀ ਅਧਿਕਾਰਤ, ਇਸ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਜੀ ਦੇ ਦਲ ਦੇ ਸਾਹਮਣੇ ਆਪਣਾ ਬਹੁਤਾ ਬਲ ਵਿਖਾ ਰਿਹਾ, ਆਪਣੀ ਬੜੀ ਤਾਕਤ ਹਯਾਤ ਖਾਨ ਵਿਖਾ ਰਿਹਾ ਪਠਾਨ। ਜਿਸ ਤੀਰਾਂ ਨੇ ਦਿਸ ਮਾਰਤ, ਤੇ ਜਿਹਦੇ ਵੀ ਕਹਿੰਦੇ ਨਿਸ਼ਾਨਾ ਬਣ ਕੇ ਤੀਰ ਮਾਰਦਾ ਹੈ ਉਹ ਗੁਰੂ ਕਾ ਸਿੱਖ ਸ਼ਹੀਦ ਹੀ ਹੋ ਜਾਂਦਾ ਹੈ। ਗੁਰਪਾਸਮੰਤ ਕਿਰਪਾਲ ਹਯਾਤ ਖਾਨ ਨੇ ਤੀਰ ਮਾਰ ਕੇ ਕੁਝ ਸਿੱਖ ਸ਼ਹੀਦ ਕੀਤੇ ਤਾਂ ਜਿੱਥੇ ਕਲਗੀ ਧਰਮਾਂ ਰਾਜ ਜੀ ਜੰਗ ਖਲੋ ਕੇ ਵੇਖ ਰਹੇ ਸਨ ਉਹਦੇ ਨੇੜੇ ਹੀ ਸ਼੍ਰੀ ਮਹੰਤ ਕਿਰਪਾਲ ਦਾਸ ਵੀ ਖਲੋਤਾ ਜੰਗ ਵੇਖ ਰਿਹਾ ਸੀ। ਲੋਕਤ ਗੋਪ ਵਿਸਾਲ ਪਰੇ, ਉਹ ਗੁਰਸਿੱਖਾਂ ਨੂੰ ਸ਼ਹੀਦ ਹੋਇਆ ਵੇਖ ਕੇ, ਨਿਮਖ ਹਰਾਮੀ ਹਯਾਤ ਖਾਨ ਨੂੰ ਜੰਗ ਕਰਦਿਆਂ ਵੇਖ ਕੇ ਸ਼੍ਰੀ ਮਹੰਤ ਉਦਾਸੀ ਸਾਧੂ ਕਿਰਪਾਲ ਦਾਸ ਬੜਾ ਵੀਰ ਰਸ ਵਿੱਚ ਬੜਾ ਕ੍ਰੋਧ ਦੇ ਵਿੱਚ ਭਰ ਗਿਆ। ਬਲ ਤੇਜ ਤਰੰਗ ਮਜੋਰ ਕਰੇ, ਉਸੇ ਵੇਲੇ ਕਹਿੰਦੇ ਬਲ ਤੇਜ ਤਰੰਗ ਮਜੋਰ ਕਰੇ, ਗੁਰੂ ਕਲਗੀ ਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਨੇੜੇ ਖਲੋਤਾ ਹੋਇਆ ਹਯਾ ਕਿਰਪਾਲ ਦਾਸ ਉਦਾਸੀ ਮਹੰਤ ਕਹਿੰਦਾ ਮਹਾਰਾਜ ਬਲ ਤੇਜ ਤਰੰਗਮ ਜ਼ੋਰ ਕਰੇ, ਵੀ ਹਯਾਤ ਖਾਂ ਬੜੇ ਜ਼ੋਰ ਦੇ ਨਾਲ ਘੋੜੇ ਨੂੰ ਦੜਾ ਕੇ ਆਪਣਾ ਬਲ ਕਰਕੇ ਤੇ ਸਾਡੇ ਸੂਰਮਿਆਂ ਨੂੰ ਮਾਰੀ ਜਾ ਰਿਹਾ। ਜਦੋਂ ਵੇਖਿਆ ਅਮਰੇ ਦਲ ਕੋ ਬਹੁ ਤਰਾਸ ਤਰੇ, ਅਮਰੇ ਦਲ ਕੋ ਬਹੁ ਤਰਾਸ ਧਰੇ, ਵੀ ਸਾਡੇ ਦਲ ਨੂੰ ਬਹੁਤਾ ਡਰ ਦੇ ਰਿਹਾ ਹੈ, ਸਾਡੇ ਜਿਹੜੇ ਸੂਰਮੇ ਹਨ ਉਹਨਾਂ ਨੂੰ ਡਰਾਉਣ ਦਾ ਯਤਨ ਕਰ ਰਿਹਾ ਹਯਾਤ ਖਾਨ। ਕਿਰਪਾਲ ਦਾਸ ਮਹੰਤ ਵੀਰ ਰਸ ਵਿੱਚ ਆਇਆ ਤੇ ਹੱਥ ਜੋੜ ਕੇ ਗੁਰੂ ਕਲਗੀ ਧਰ ਮਹਾਰਾਜ ਜੀ ਨੂੰ ਕਹਿਣ ਲੱਗਾ ਹੇ ਪ੍ਰਭੂ ਜੀ, ਹੇ ਰੱਬ ਜੀ, ਹੇ ਦਸਵੇਂ ਪਾਤਸ਼ਾਹ ਜੀ, ਕਿਰਪਾ ਕਰੋ ਮੈਨੂੰ ਆਗਿਆ ਦੇਵੋ ਮਹਾਰਾਜ। ਜਿਹੜਾ ਮਹਾਰਾਜ ਹਯਾਤ ਖਾਨ ਨਿਮਖ ਰਾਮ ਹੈ ਇਹਦੇ ਨਾਲ ਮੈਂ ਜਾ ਕੇ ਜੰਗ ਕਰਾਂਗਾ, ਇਹਦੇ ਨਾਲ ਲੜਨ ਵੱਲੋਂ ਮੈਂ ਟਾਲਾ ਨਹੀਂ ਵਟਾਂਗਾ, ਤੁਹਾਡੇ ਲਾਗੇ ਖਲੋਤਾ ਹੋਇਆ ਮਹਾਰਾਜ ਮੈਂ ਬੜੇ ਚਿਰ ਦਾ ਜੰਗ ਵੇਖ ਰਿਹਾ ਹਾਂ, ਹੁਣ ਮੈਨੂੰ ਆਗਿਆ ਦਿਓ ਵੀ ਇਸ ਹਯਾਤ ਖਾਨ ਪਠਾਨ ਨੂੰ ਮੈਂ ਜੰਗ ਵਿੱਚ ਜਾ ਕੇ ਮਾਰਾਂ। ਬ੍ਰਿੰਦਨ ਕੋ ਰਨ ਮਾਰਤ, ਸਾਡੇ ਮਹਾਰਾਜ ਬੜੇ ਸੂਰਮੇ ਨੇ ਜੰਗ ਦੇ ਵਿੱਚ ਤੀਰ ਮਾਰ ਮਾਰ ਕੇ ਸ਼ਹੀਦ ਕਰ ਦਿੱਤੇ ਆ, ਮੈਂ ਪਹਿਲਾਂ ਤਾਂ ਤੁਹਾਡੇ ਲਾਗੇ ਖਲੋਤਾ ਜੰਗ ਵੇਖਦਾ ਹੀ ਰਿਹਾ, ਪਰ ਜਦੋਂ ਇਹ ਨਿਮਖ ਹਰਾਮ ਨੂੰ ਸਾਡੇ ਸਿੱਖ ਸ਼ਹੀਦ ਕਰਦੇ ਆ ਵੇਖਿਆ ਮੇਰੇ ਕੋ ਰਿਹਾ ਨਹੀਂ ਜਾਂਦਾ, ਕਿਰਪਾ ਕਰੋ ਮਹਾਰਾਜ ਮੈਨੂੰ ਆਗਿਆ ਦਿਓ ਮੈਂ ਜਾ ਕੇ ਹਯਾਤ ਖਾਨ ਨਾਲ ਯੁੱਧ ਕਰਾਂ। ਅੰਗ ਬਚਾਏ ਪ੍ਰਾਰਥ, ਆਪਣੇ ਮਹਾਰਾਜ ਅੰਗ ਬਚਾਈ ਜਾਂਦਾ ਹੈ ਆਪਣੇ ਸਰੀਰ ਨੂੰ ਬਚਾ ਕੇ ਸਾਡੇ ਸੂਰਮਿਆਂ ਦੇ ਵਾਰ ਕਰਦਾ ਮਾਰਦਾ ਏ।
ਪੂਰਬ ਮੈਂ ਰਿਪ ਪ੍ਰਾਨਨ ਕੋ ਤੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਆਗਿਆ ਹੋਵੇ ਹਰ ਪੂਰਬ ਮੈਂ ਰਿਪ ਪ੍ਰਾਨਨ ਕੋ ਮੈਂ ਇਸ ਕਹਿੰਦੇ ਵੀ ਵੈਰੀ ਦੇ ਪਹਿਲਾਂ ਪ੍ਰਾਣਾਂ ਨੂੰ ਜਾ ਕੇ ਨਾਸ਼ ਕਰਾਂਗਾ, ਸਭ ਤੋਂ ਪਹਿਲਾਂ ਮੈਂ ਹਯਾਤ ਖਾਨ ਨੂੰ ਮਾਰਾਂਗਾ। ਹਯਾਤ ਖਾਨ ਨੂੰ ਮਾਰ ਕੇ ਮਹਾਰਾਜ ਫੇਰ ਤੁਹਾਡੇ ਮੈਂ ਇੱਥੇ ਦਰਸ਼ਨ ਕਰਾਂਗਾ, ਫੇਰ ਤੁਹਾਡੇ ਕੋਲ ਹਾਜ਼ਰ ਹੋ ਜਾਵਾਂਗਾ। ਜਦੋਂ ਸ੍ਰੀ ਮਹੰਤ ਕਿਰਪਾਲ ਦਾਸ ਜੀ ਕਹਿਣ ਲੱਗੇ ਨਾ ਵੀ ਮਹਾਰਾਜ ਇਹ ਨਿਮਖ ਹਰਾਮੀ ਜੰਗ ਕਰਦਾ ਮੈਥੋਂ ਵੇਖਿਆ ਨਹੀਂ ਜਾਂਦਾ, ਤੇ ਮੈਨੂੰ ਆਗਿਆ ਦਿਓ ਮੈਂ ਇਹਨੂੰ ਮਾਰ ਕੇ ਤੇ ਫੇਰ ਤੁਹਾਡੇ ਆ ਕੇ ਦਰਸ਼ਨ ਕਰਾਂਗਾ। ਇਹਦਾ ਵੀਰ ਅਸੀਂ ਵਚਨ ਸੁਣ ਕੇ ਵੇਖੋ, ਉਦਾਸੀ ਸਾਧੂ ਆ ਮਹੰਤ, ਇਹਨੇ ਜੰਗ ਨਹੀਂ ਕੀਤਾ, ਜੰਗ ਦਾ ਅਭਿਆਸ ਕੋਈ ਨਹੀਂ ਕੀਤਾ, ਪਰ ਕਲਗੀਧਰ ਮਹਾਰਾਜ ਸਾਹਿਬ ਦੇ ਵਿੱਚ ਐਸੀ ਸ਼ਕਤੀ ਹੈ ਵੀ ਜਿਵੇਂ ਪਿੱਛੇ ਕਥਾ ਸੁਣੀ ਨਾ ਵੀ ਮੱਝਾਂ ਚਾਰਨ ਵਾਲਾ ਕਹਿੰਦਾ ਮਹਾਰਾਜ ਮੈਂ ਜੰਗ ਕਰਨਾ ਹੈ, ਫਿਰ ਦਇਆ ਰਾਮ ਪੁਰੋਹਿਤ ਹੈ ਬ੍ਰਾਹਮਣ ਹੈ, ਪਰ ਗੁਰੂ ਘਰ ਦੇ ਵਿੱਚ ਉਹੀ ਬ੍ਰਾਹਮਣ ਸ਼ਸਤਰਧਾਰੀ ਹੈ। ਹੁਣ ਅੱਗੇ ਜਾ ਕੇ ਫਿਰ ਕਥਾ ਆਏਗੀ, ਇੱਕ ਜਿਹੜਾ ਕੋਈ ਹਲਵਾਈ ਹੈ ਉਹ ਵੀ ਕਹਿੰਦਾ ਮੈਂ ਜੰਗ ਕਰਨਾ, ਇੱਥੇ ਕਿਰਪਾਲ ਦਾਸ ਮਹੰਤ ਜਿਹੜਾ ਚੌਂਕੜਾ ਮਾਰ ਕੇ ਕਈ ਕਈ ਘੰਟੇ ਬੰਦਗੀ ਕਰਨੀ ਤਾਂ ਜਾਣਦਾ ਸੀ ਪਰ ਜੰਗ ਕਰਨਾ ਨਹੀਂ ਜਾਣਦਾ। ਜਦੋਂ ਹਯਾਤ ਖਾਨ ਨੂੰ ਕੁਝ ਸਿੱਖਾਂ ਨੂੰ ਸ਼ਹੀਦ ਕਰਦਿਆਂ ਵੇਖਿਆ, ਕਹਿੰਦਾ ਮਹਾਰਾਜ ਮੈਨੂੰ ਆਗਿਆ ਦਿਓ ਮੈਂ ਜਾ ਕੇ ਇਸ ਨੂੰ ਮਾਰ ਕੇ ਫਿਰ ਤੁਹਾਡੇ ਕੋਲ ਆਵਾਂ। ਕਿੱਡਾ ਵਿਸ਼ਵਾਸ ਹੈ ਸੂਰਮੇ ਦੇ ਅੰਦਰ! ਇਹਦੀ ਗੱਲ ਸੁਣ ਕੇ ਵੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁਸਕਰਾਏ ਤੇ ਕਲਗੀਧਰ ਸਾਹਿਬ ਜੀ ਕਹਿਣ ਲੱਗੇ ਪ੍ਰਤਾਪ ਲਏ। ਮਹਾਰਾਜ ਕਹਿੰਦੇ ਹੇ ਮਹੰਤ ਜੀ ਤੁਹਾਨੂੰ ਲੜਨ ਦੀ ਕੀ ਲੋੜ ਹੈ, ਸੰਤ ਜਿਹੜੇ ਹੁੰਦੇ ਨੇ ਉਹਨਾਂ ਨੂੰ ਅੱਗੇ ਜਾ ਕੇ ਲੜਨਾ ਥੋੜਾ ਪੈਂਦਾ, ਤੁਹਾਡੇ ਤਾਂ ਅਸੀਂ ਬਚਨਾਂ ਦਾ ਹੀ ਪ੍ਰਤਾਪ ਜਾਣਿਆ ਵੀ ਤੁਹਾਡੇ ਬਚਨਾਂ ਦੇ ਵਿੱਚ ਹੀ ਸ਼ਕਤੀ ਹੈ। ਵਰਦੇ ਪਤੇ ਗੁਰ ਪਾਵੇਂਗੇ, ਤੁਸੀਂ ਕਹਿੰਦੇ ਲੜਨ ਵਾਸਤੇ ਮੈਦਾਨ ਵਿੱਚ ਨਾ ਜਾਓ, ਬਸ ਮੁੱਖੋਂ ਇੰਨਾ ਹੀ ਬਚਨ ਕਰ ਦਿਓ ਵੀ ਫਤਿਹ ਗੁਰੂ ਦੀ ਹੋਵੇ, ਤੇ ਤੁਹਾਡੇ ਇੰਨੇ ਕਹਿਣ ਦੇ ਨਾਲ ਹੀ ਮਹਾਰਾਜ ਕਹਿੰਦੇ ਅਸੀਂ ਜੰਗ ਜਿੱਤ ਜਾਵਾਂਗੇ। ਤੇ ਜੇ ਤੁਹਾਡਾ ਵਚਨ ਹੋ ਜਾਵੇ ਨਾ ਵੀ ਗੁਰੂ ਦਾ ਦਲ ਵੈਰੀਆਂ ਨੂੰ ਨਾਸ਼ ਕਰੇਗਾ, ਤਾਂ ਗੁਰੂ ਕਲਗੀਧਰ ਸਾਹਿਬ ਕਹਿੰਦੇ ਜਿੰਨੇ ਵੀ ਇਹ ਵੈਰੀ ਆਏ ਨੇ ਤੁਹਾਡੇ ਇੱਕ ਵਚਨ ਕਰਨ ਦੇ ਨਾਲ, ਮੁੱਖੋਂ ਫਰਮਾਉਣ ਦੇ ਨਾਲ ਹੀ ਅਸੀਂ ਸਾਰਿਆਂ ਨੂੰ ਨਾਸ਼ ਕਰ ਦਿਆਂਗੇ। ਸੰਤਨ ਕੀ ਨਿਤ ਰੀਤ ਹੈ, ਮਹਾਰਾਜ ਕਹਿੰਦੇ ਵੀ ਇਹ ਜਿਹੜੇ ਰੱਬ ਦੇ ਪਿਆਰੇ ਸੰਤ ਨੇ ਉਹਨਾਂ ਦੀ ਨਿਤ ਦੀ ਮਰਿਆਦਾ ਹੈ, ਕਿਸੇ ਦੀ ਜਿੱਤ ਕਰਾਉਣੀ ਹੋਵੇ ਕਿਸੇ ਦੀ ਹਾਰ ਕਰਾਉਣੀ ਹੋਵੇ ਉਹਨਾਂ ਨੂੰ ਲੜਨ ਦੀ ਕੀ ਲੋੜ ਹੈ, ਮੁੱਖੋਂ ਵਰਤੇ ਜਾਂ ਸ਼ਰਾਪ ਦਾ ਵਚਨ ਕਹਿ ਦੇਣ, ਬਸ ਇੰਨਾ ਹੀ ਕਹਿ ਦੇਣ ਵੀ ਇਹਦੀ ਜਿੱਤ ਹੋਏਗੀ ਇਹਦੀ ਹਾਰ ਹੋਵੇਗੀ, ਉਸੇ ਤਰ੍ਹਾਂ ਹੋ ਜਾਂਦਾ ਹੈ ਕਿਉਂਕਿ ਸਾਧ ਬਚਨ ਅਟਲ ਆਧਾ। ਮਹਾਰਾਜ ਕਹਿੰਦੇ ਸਾਧੂਆਂ ਦਾ ਬਚਨ ਅਟਲ ਹੁੰਦਾ, ਕਦੀ ਟਲਦਾ ਨਹੀਂ ਹੈ। ਮਹਾਰਾਜ ਨੇ ਹੱਸ ਕੇ ਏਦਾਂ ਕਿਹਾ ਵੀ ਸੰਤ ਜੀ ਤੁਸੀਂ ਕੀ ਕਰਨਾ, ਜੰਗ ਕਰਕੇ ਤੁਸੀਂ ਇਕੱਲਾ ਬਚਨ ਹੀ ਕਰਦੇ ਹੋ ਵੀ ਸਾਡੀ ਜਿੱਤ ਹੋ ਜਾਵੇ, ਤਾਂ ਫੇਰ ਸੁਣ ਕੇ ਮਹਾਰਾਜ ਦੇ ਕੋਲੋਂ ਵੀਰ ਰਸ ਵਿੱਚ ਆਇਆ ਕਿਰਪਾਲ ਦਾਸ ਮਹੰਤ ਕਹਿਣ ਲੱਗਾ, ਰਸ ਵੀਰ ਵਧਿਓ ਰਿਸ ਠਾਨ ਤੈ, ਜਿਹਦੇ ਅੰਦਰ ਬੜਾ ਵੀਰ ਰਸ ਵਧਿਆ ਹੈ, ਜਿਹੜਾ ਹਯਾਤ ਖਾਨ ਨਿਮਖ ਹਰਾਮੀ ਪਠਾਨ ਨੂੰ ਵੇਖ ਕੇ ਬੜਾ ਕ੍ਰੋਧ ਕਰ ਰਿਹਾ ਹੈ। ਰੱਬ ਜੀ ਰਨ ਮੈਂ ਤੁਮ ਸੰਗ ਕਰਿਓ, ਕਹਿਣ ਲੱਗਾ ਹੇ ਮਹਾਰਾਜ ਸਾਹਿਬ ਜੀ ਇੱਥੇ ਜੰਗ ਹੁੰਦੀ ਜਿੱਥੇ ਤੁਸੀਂ ਖਲੋਤੇ ਜੰਗ ਵੇਖ ਰਹੇ ਹੋ ਨਾ, ਮਹਾਰਾਜ ਜਦੋਂ ਦਾ ਜੰਗ ਆਰੰਭ ਹੋਇਆ ਉਦੋਂ ਦਾ ਮੈਂ ਵੇਖੋ ਤੁਹਾਡੇ ਲਾਗੇ ਖਲੋਤਾ ਹੀ ਜੰਗ ਵੇਖ ਰਿਹਾ ਸੀ।
ਲੂਣਾ ਰਾਮ ਪਠਾਨ ਅਰੇ। ਮੈਂ ਬਿਲਕੁਲ ਜੀ ਪਹਿਲਾਂ ਵਿਚਾਰ ਬਣਾਇਆ ਵੀ ਜੰਗ ਕਰਨਾ ਹੈ, ਪਰ ਇਹ ਜਦੋਂ ਨਿਮਖ ਹਰਾਮੀ ਪਠਾਨ ਨੂੰ ਮਹਾਰਾਜ ਮੈਂ ਲੜਦਿਆਂ ਵੇਖਿਆ ਹੈ, ਜਾਏ ਸਯੋ ਰਿਪ ਕੇ ਬਲ ਕੋ, ਤੇ ਇਹ ਨਿਮਖ ਹਰਾਮੀ ਨੂੰ ਲੜਦਿਆਂ ਹੋਇਆ ਵੇਖ ਕੇ ਇਹਦਾ ਬਲ ਮੇਰੇ ਕੋਲ ਸਹਾਰਿਆ ਨਹੀਂ ਜਾਂਦਾ। ਮਹਾਰਾਜ ਇਹ ਮੈਨੂੰ ਗੱਲ ਚੰਗੀ ਨਹੀਂ ਲੱਗਦੀ ਵੀ ਇੱਕ ਲੂਣ ਵੀ ਜਿਹਨੇ ਗੁਰੂ ਘਰੋਂ ਖਾਧਾ ਹੋਵੇ, ਤਨਖਾਹਾਂ ਮਹਾਰਾਜ ਤੁਹਾਡੇ ਕੋਲ ਲੈਂਦੇ ਰਹੇ ਹੋਣ, ਤੇ ਵੈਰੀ ਦੇ ਨਾਲ ਲੜ ਕੇ ਹੁਣ ਸਾਡੇ ਹੀ ਸੂਰਮਿਆਂ ਨੂੰ ਮਾਰ ਰਿਹਾ ਹੈ, ਇਹ ਗੱਲ ਮੈਂ ਨਹੀਂ ਸਹਾਰਦਾ। ਕਰ ਕਾਤ ਡਰਾਵਤੈ ਦਲ ਕੋ, ਤੇ ਪਾਤਸ਼ਾਹ ਜੀ ਆਪਣਾ ਬਲ ਪਾ ਕੇ ਆਪਣੇ ਕਹਿੰਦੇ ਵਾਰ ਕਰਕੇ ਸਾਡੇ ਦਲ ਨੂੰ ਡਰਾ ਰਿਹਾ ਹੈ, ਸਾਡੇ ਸਿੱਖਾਂ ਨੂੰ ਪਿਛਾਂਹ ਨੂੰ ਧੱਕ ਰਿਹਾ ਏ। ਕਲਗੀ ਤਰ ਜੋ ਜਬ ਬੈਨ ਸੁਣੇ, ਜਦੋਂ ਏਦਾਂ ਦੂਜੀ ਵਾਰਾ ਕਿਰਪਾਲ ਦਾਸ ਮਹੰਤ ਨੇ ਬਚਨ ਕੀਤਾ, ਜਦੋਂ ਗੁਰੂ ਕਲਗੀ ਧਰ ਸਾਹਿਬ ਨੇ ਬਚਨ ਸੁਣਿਆ, ਰੋਏ ਪ੍ਰਸੰਨ ਵਿਸਾਲ ਪਨ, ਮਹਾਰਾਜ ਦਿਲ ਵਿੱਚ ਬੜਾ ਖੁਸ਼ ਹੋ ਕੇ ਕਹਿਣ ਲੱਗੇ, ਸ੍ਰੀ ਮਹੰਤ ਜੀ ਸੁਣੋ ਫਿਰ, ਠੀਕ ਹੈ ਤੁਸੀਂ ਜੇ ਲੜਨਾ ਚਾਹੁੰਦੇ ਹੋ, ਪਰ ਇਹ ਦੱਸੋ ਵੀ ਤੁਹਾਡਾ ਸ਼ਸਤਰ ਕਿੱਥੇ ਹੈ, ਜਿਹੜਾ ਸ਼ਸਤਰ ਹਿਆਤ ਖਾਨ ਦੇ ਜਾ ਕੇ ਮਾਰੋਗੇ, ਬਲ ਤੇ ਅਰ ਮਾਰੋ ਹਥਿਆਰ ਕੋਈ ਸ਼ਸਤਰ ਮਹਾਰਾਜ ਕਹਿੰਦੇ ਤੁਹਾਡੇ ਕੋਲ ਦਿਖਾਈ ਨਹੀਂ ਦਿੰਦਾ, ਜਿਹਦੇ ਬਲ ਦੇ ਨਾਲ ਜਾ ਕੇ ਵੈਰੀ ਨੂੰ ਮਾਰੋਗੇ ਜੰਗ ਅੰਦਰ, ਤਲਵਾਰ ਦਫੰਗ ਨਾ ਤੂੰ ਮਰੇ, ਨਾ ਤੁਹਾਡੇ ਕੋਲ ਮਹਾਰਾਜ ਕਹਿੰਦੇ ਵੀ ਤਲਵਾਰ ਹੈ, ਨਾ ਕੋਈ ਬਰਸ਼ਾ ਏ, ਨਾ ਕੋਈ ਬੰਦੂਕ ਹੈ ਵੀ ਜਿਹਦਾ ਵਾਰ ਕਰਕੇ ਹਿਆਤ ਖਾਨ ਨੂੰ ਮਾਰ ਦਿਓ, ਸਰਬਾਨ ਮਾਨ ਨਹੀਂ ਕਰ, ਨਾ ਕੋਈ ਤਗੜਾ ਕਹਿੰਦੇ ਵੀ ਧਨੁਖ ਹੈ, ਨਾ ਤੀਰ ਨੇ, ਨਾ ਤੀਰਾਂ ਦਾ ਪੱਥਾ ਹੈ ਵੀ ਜਿਹੜਾ ਮਾਰ ਕੇ ਤੇ ਵੈਰੀ ਦਾ ਤੁਸੀਂ ਨਾਸ਼ ਕਰਿਓ, ਤੁਹਾਡੇ ਹੱਥ ਵਿੱਚ ਕੋਈ ਸ਼ਸਤਰ ਨਹੀਂ ਦਿਖਦਾ, ਢਾਰ ਬਚਾਵਨ ਅੰਗਨ ਕੋ, ਤੇ ਦਸਮ ਪਾਤਸ਼ਾਹ ਕਹਿੰਦੇ ਸ੍ਰੀ ਮਹੰਤ ਜੀ ਨਾ ਹੀ ਤੁਹਾਡੇ ਕੋਲ ਕੋਈ ਢਾਲ ਹੈ ਵੀ ਜਦੋਂ ਦੁਸ਼ਮਣ ਵਾਰ ਕਰੇ ਤੇ ਉਹਦਾ ਵਾਰ ਰੋਕਣ ਦੇ ਲਈ ਆਪਾਂ ਬਚਾਉਣ ਦੇ ਲਈ ਢਾਲ ਅੱਗੇ ਕਰ ਦਵੋ, ਕੋਈ ਢਾਲਾ ਵੀ ਤੁਹਾਡੇ ਕੋਲ ਨਹੀਂ ਹੈ, ਜੰਗ ਜਾਓ ਅਰ ਭੰਗਨ ਕੋ, ਫਿਰ ਦੱਸੋ ਤੁਸੀਂ ਕਿਵੇਂ ਮੈਦਾਨ ਵਿੱਚ ਜਾ ਕੇ ਜੰਗ ਕਰਨਾ ਚਾਹੁੰਦੇ ਹੋ, ਕਿਵੇਂ ਵੈਰੀ ਨੂੰ ਨਾਸ਼ ਕਰੋਗੇ, ਨਾ ਕੋਈ ਸ਼ਸਤਰ ਹੈ ਤੇ ਨਾ ਢਾਲ ਹੈ ਤੁਹਾਡੇ ਕੋਲ, ਹੁਣ ਸੰਤ ਕਿਰਪਾਲ ਕਿਰਪਾਲ ਲਇਓ, ਧੰਨ ਗੁਰੂ ਕਲਗੀਧਰ ਮਹਾਰਾਜ ਦਾ ਇਹ ਬਚਨ ਸੁਣ ਕੇ, ਸੁਣ ਸੰਤ ਕਿਰਪਾਲ ਕਿਰਪਾਲ ਰਹਿਓ, ਕਿਰਪਾਲ ਦਾਸ ਸੰਤ ਨੇ ਸੁਣ ਕੇ ਕਿਰਪਾਲੂ ਗੁਰੂ ਕਲਗੀਧਰ ਮਹਾਰਾਜ ਸਾਹਿਬ ਵੱਲ ਵੇਖਿਆ ਤੱਕਿਆ, ਇਕ ਮਾਤਲ ਵੀਰ ਕਿਰਪਾਲ ਚਾਹੇ, ਅਤੇ ਫਿਰ ਪਾਸ ਖਲੋਤੇ ਮਾਮਾ ਕਿਰਪਾਲ ਚੰਦ ਵੱਲ ਵੇਖਿਆ, ਪਹਿਲਾਂ ਗੁਰੂ ਸਾਹਿਬ ਵੱਲ ਵੇਖਿਆ ਫਿਰ ਕਿਰਪਾਲ ਚੰਦ ਵੱਲ ਵੇਖਿਆ ਵੀ ਇਹੀ ਮੈਨੂੰ ਆਗਿਆ ਦਵਾ ਦੇਵੇ ਜੰਗ ਵਿੱਚ ਜਾਣ ਦੀ, ਕੁਤਕਾ ਇਹ ਕਾਂਧੇ ਮੋਏ ਕਹੇ, ਫਿਰ ਹੱਥ ਜੋੜ ਕੇ ਸਾਧੂ ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ ਆਹ ਜਿਹੜਾ ਮੇਰਾ ਮੋਢੇ ਤੇ ਰੱਖਿਆ ਹੋਇਆ ਕੁਤਕਾ ਹੈ, ਜਿਹੜਾ ਸਲੋਤਰ ਹੈ, ਸਲੋਤਰ ਤੁਸੀਂ ਵੇਖਿਆ ਹੋਊ ਜਿਹਦੇ ਨਾਲ ਸ਼ਰਦਾਈਆਂ ਦੇਗਾਂ ਰਗੜੀਆਂ ਜਾਂਦੀਆਂ, ਇੱਕ ਪਾਸੇ ਤੋਂ ਪਤਲਾ ਹੁੰਦਾ ਹੈ ਤੇ ਇੱਕ ਪਾਸਿਓਂ ਮੋਟਾ ਹੁੰਦਾ ਹੈ, ਏਦਾਂ ਹੀ ਪਤਲਾ ਪਾਸਾ ਆਪਣੇ ਹੱਥਾਂ ਦੇ ਵਿੱਚ ਫੜਿਆ ਹੈ ਕਿਰਪਾਲ ਦਾਸ ਮਹੰਤ ਨੇ, ਤੇ ਮੋਟਾ ਪਾਸਾ ਜਿਹੜਾ ਹੈ ਉਹ ਸਲੋਤਰ ਦਾ ਮੋਢੇ ਤੇ ਰੱਖਿਆ ਹੈ, ਤੇ ਕਲਗੀਧਰ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਆਹ ਮੈਂ ਕੱਲਾ ਕਦੇ ਸ਼ਰਦਾਈਆਂ ਰਗੜ ਨੂੰ ਥੋੜਾ ਰੱਖਿਆ, ਜਿਹੜਾ ਮੇਰਾ ਮੋਢੇ ਤੇ ਜਿਹੜਾ ਸਲੋਤਰ ਹੈ ਇਹਦੇ ਨਾਲ ਵੈਰੀ ਨੂੰ ਮਾਰਾਂਗਾ, ਇਹ ਮਹਾਰਾਜ ਘੱਟ ਸ਼ਸਤਰ ਹੈ ਕਦੇ ਛੋਟਾ ਹੈ, ਕਿੱਡਾ ਵੱਡਾ ਸ਼ਸਤਰ ਹੈ ਜਿਹੜਾ ਸਲੋਤਰ ਮੇਰੇ ਹੱਥਾਂ ਵਿੱਚ ਹੈ, ਮੇਰੇ ਮੋਢੇ ਦੇ ਉੱਤੇ ਹੈ, ਇਸ ਸਲੋਤਰ ਦੇ ਨਾਲ ਮਹਾਰਾਜ ਮੈਂ ਹਿਆਤ ਖਾਨ ਦੇ ਸਿਰ ਦੇ ਉੱਤੇ ਵਾਰ ਕਰਾਂਗਾ, ਬਲ ਪਾਏ ਰਤੀ ਨਾ ਡਰ,
ਕਰੋ। ਮਹਾਰਾਜ ਤੁਹਾਡਾ ਬਲ ਪਾ ਕੇ ਤੁਹਾਡੀ ਮਿਹਰ ਦਾ ਸਦਕਾ ਮੈਂ ਥੋੜਾ ਵੀ ਡਰੂੰਗਾ ਨੀ, ਉਸ ਨਿਮਖ ਹਰਾਮੀ ਪਠਾਨ ਦੇ ਨਾਲ ਜੰਗ ਕਰਦੇ ਆਂ। ਜੇ ਲੋ ਚੱਲ ਜਾਏ ਨਾ ਸ਼ੋਰੋਂਗੋ, ਜਿੱਥੋਂ ਤੀਕਰ ਵੀ ਮਹਾਰਾਜ ਉਹ ਜਾਨ ਬਚਾਉਣ ਲਈ ਭੱਜ ਕੇ ਚਲਿਆ ਜਾਵੇ, ਮੈਂ ਉਹਨੂੰ ਛੱਡਾਂਗਾ ਨੀ, ਉਹਦੇ ਵਿੱਚ ਹੀ ਜਿੱਥੇ ਵੀ ਫੌਜ ਵਿੱਚ ਵੀ ਜਾਵੇਗਾ ਵਿੱਚ ਜਾ ਕੇ ਮਾਰ ਕੇ ਆਵਾਂਗਾ। ਇੱਕ ਵਾਰ ਕਰੋ ਸਿਰ ਫੋਰੋਂਗੋ, ਤੁਹਾਡੀ ਕਿਰਪਾ ਨਾਲ ਇੱਕੋ ਹੀ ਸਲੋਤਰ ਦਾ ਵਾਰ ਕਰੂੰਗਾ, ਉਹਦਾ ਸਿਰ ਫੇਂਕ ਕੇ ਰੱਖ ਦਿਆਂਗਾ ਨਿਮਖ ਹਰਾਮੀ ਦਾ। ਮਾਤਲ ਧੀਰ ਕਿਰਪਾਲ ਕਹਿ, ਜਦੋਂ ਕਿਰਪਾਲ ਦਾਸ ਜੀ ਨੇ ਇਸ ਤਰ੍ਹਾਂ ਕਿਹਾ ਵੀ ਮਹਾਰਾਜ ਆਹ ਸ਼ਸਤਰ ਕਦੇ ਛੋਟਾ ਹੈ ਵੀ ਜਿਹੜਾ ਮੈਂ ਸਲੋਤਰ ਫੜਿਆ ਹੱਥ ਵਿੱਚ, ਤਾਂ ਸੁਣ ਕੇ ਮਾਮਾ ਕਿਰਪਾਲ ਚੰਦ ਜੀ ਨੇ, ਜਦੋਂ ਕਿਰਪਾਲ ਦਾਸ ਮਹੰਤ ਦੇ ਧੀਰਜ ਦੇ ਸਹਿਤ ਕਹੇ ਹੋਏ ਬਚਨ ਸੁਣੇ, ਤਾਂ ਕਿਰਪਾਲ ਚੰਦ ਜੀ ਕਹਿਣ ਲੱਗੇ, ਤਬ ਤੇਜ ਵਿਸ਼ਾਲ ਕਿਰਪਾਲ ਆਏ, ਕਹਿਣ ਲੱਗੇ ਹੇ ਗੁਰੂ ਕਲਗੀਧਰ ਮਹਾਰਾਜ ਜੀ, ਇਹ ਕਿਰਪਾਲ ਦਾਸ ਮਹੰਤ ਦਾ ਬੜਾ ਹੀ ਤੇਜ ਪ੍ਰਤਾਪ ਹੈ, ਬੜਾ ਬੰਦਗੀ ਵਾਲਾ ਸਾਧੂ ਮਹਾਤਮਾ ਹੈ, ਦਿਓ ਕਿਰਪਾਲ ਸੋ ਆਏ ਸਕੋ। ਹੇ ਕਿਰਪਾਲੂ ਸਤਿਗੁਰੂ ਜੀ, ਇਹ ਵੀਰ ਦਾਸ ਵਿੱਚ ਆਇਆ ਜੰਗ ਕਰਨਾ ਚਾਹੁੰਦਾ, ਇਹਦੇ ਹੁਣ ਜਾਣ ਦੀ ਆਗਿਆ ਦੇ ਦਿਓ, ਆਪ ਰਹਿਮਤ ਕਰ ਦਿਓ। ਤੇ ਪਾਤਸ਼ਾਹ ਆਪਾਂ ਵੇਖਾਂਗੇ ਜਿਵੇਂ ਹਿਆਦ ਖਾਨ ਦੇ ਨਾਲ ਕਿਰਪਾਲ ਦਾਸ ਮਹੰਤ ਦਾ ਜੰਗ ਹੋਵੇਗਾ। ਉਸ ਕਹੇ ਪ੍ਰਭੂ ਤਬ ਬਾਕ ਕਹਿਓ, ਜਦੋਂ ਇਸ ਤਰ੍ਹਾਂ ਕਿਰਪਾਲ ਚੰਦ ਜੀ ਨੇ ਕਿਰਪਾਲ ਦਾਸ ਮਹੰਤ ਦੀ ਸਿਫਾਰਿਸ਼ ਕੀਤੀ ਨਾ, ਕਿਉਂਕਿ ਮਹੰਤ ਨੇ ਇਸੇ ਕਰਕੇ ਵੇਖਿਆ ਮਾਮਾ ਕਿਰਪਾਲ ਚੰਦ ਦਾ ਲੱਖਾਂ ਹੀ ਅੱਖਾਂ 'ਚ ਕਹਿਆ ਦਾ ਵੀ ਤੁਸੀਂ ਮਹਾਰਾਜ ਕੋ ਆਗਿਆ ਲੈ ਦਿਓ, ਵੀ ਲੜਨਾ ਤਾਂ ਮੈਂ ਹੈਗਾ ਜਾ ਕੇ, ਪਰ ਜੰਗ ਦੇ ਵਿੱਚ ਸੂਰਮੇ ਉਦੋਂ ਜਾਂਦੇ ਸਨ ਜਦੋਂ ਗੁਰੂ ਸਾਹਿਬ ਆਗਿਆ ਦੇਣ, ਉਹਨਾਂ ਦਾ ਮੰਨਣਾ ਸੀ ਵੀ ਜੇ ਗੁਰੂ ਦੀ ਆਗਿਆ ਨਾਲ ਜਾਵਾਂਗੇ ਤਾਂ ਗੁਰੂ ਸਾਡੇ ਮਦਦਗਾਰ ਬਣਨਗੇ। ਉਸ ਵੇਲੇ ਕਿਰਪਾਲੂ ਸਤਿਗੁਰਾਂ ਨੂੰ ਕਿਰਪਾਲ ਚੰਦ ਕਹਿਣ ਲੱਗੇ, ਮਹਾਰਾਜ ਸਾਹਿਬ ਜੀ ਰਣ ਸਾਥ ਪਠਾਨ ਪਿੱਖੋ ਇਸ ਕੋ, ਇਹਨੂੰ ਜਾਣ ਦਿਓ ਮਹਾਰਾਜ ਹਿਆਦ ਖਾਨ ਦੇ ਨਾਲ ਇਹਦਾ ਮੈਂ ਜੰਗ ਵੇਖਾਂਗਾ। ਮੁਸਕਾਏ ਪ੍ਰਭੂ ਤਬ ਬਾਕ ਕਹੇ, ਸੁਣ ਕੇ ਗੁਰੂ ਕਲਗੀਧਰ ਮਹਾਰਾਜ ਮੁਸਕਰਾਉਂਦਿਆਂ ਹੋਇਆਂ ਕਹਿਣ ਲੱਗੇ, ਹਿਆਦ ਖਾਨ ਆਤਰ ਦੇ ਜੋ ਚਾਹਿਓ, ਇਹ ਕਿਰਪਾਲ ਦਾ ਸੰਤ ਜੀ ਜੋ ਦਿਲ ਵਿੱਚ ਚਾਹਿਆ ਹੈ ਨਾ ਹਿਆਦ ਖਾਨ ਦੇ ਨਾਲ ਜੰਗ ਕਰਨਾ, ਤੀ ਜਗ ਮੈਂ ਜਿਮ ਭੀਮ ਗਦਾ, ਤੇ ਕਹਿੰਦੇ ਜਾਓ ਫਿਰ ਜ਼ਰੂਰ ਜੰਗ ਕਰੋ, ਪਰ ਇੱਕ ਗੱਲ ਦੱਸਦੇ ਹਾਂ ਜਿਵੇਂ ਜਗਤ ਵਿੱਚ ਇਹ ਗੱਲ ਬੜੀ ਪ੍ਰਸਿੱਧ ਹੈ ਨਾ, ਜਿਹੜਾ ਭੀਮ ਸੈਨ ਹੈ ਉਹਦੇ ਕੋਲ ਗਦਾ, ਉਹਦੇ ਕੋਲ ਕਹਿੰਦੇ ਵੀ ਗਦਾ ਦੇ ਨਾਲ ਉਹ ਜੰਗ ਕਰਦਾ ਸੀ ਗੁਰਜ ਦੇ ਨਾਲ, ਇਹ ਗੱਲ ਬੜੀ ਪ੍ਰਗਟ ਹੈ, ਸਾਰਿਆਂ ਨੂੰ ਪਤਾ ਸੀ ਵੀ ਭੀਮ ਸੈਨ ਜਿਹੜਾ ਹੈ ਉਹ ਗੁਰਜ ਦੇ ਨਾਲ ਹੀ ਵੈਰੀਆਂ ਨੂੰ ਮਾਰਦਾ ਸੀ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸੰਤ ਜੀ ਸਾਰਾ ਜਗਤ ਜਾਣੇਗਾ, ਤੁਹਾਡਾ ਕੁਤਕਾ ਮਸ਼ਹੂਰ ਹੋਵੇਗਾ ਵੀ ਕਿਰਪਾਲ ਦਾਸ ਕੁਤਕੇ ਨਾਲ ਜੰਗ ਕਰਦਾ ਰਿਹਾ, ਜਿਵੇਂ ਭੀਮ ਸੈਨ ਦੇ ਬਾਰੇ ਪ੍ਰਗਟ ਹੈ ਵੀ ਭੀਮ ਸੈਨ ਗਦੇ ਦੇ ਨਾਲ ਗਦਾ ਜਿਹੜਾ ਸੀ ਗੁਰਜ ਲੈ ਕੇ ਉਹ ਗੁਰਜ ਦੇ ਨਾਲ ਹੀ ਵੈਰੀਆਂ ਨੂੰ ਮਾਰਦਾ ਸੀ, ਤੁਹਾਡੇ ਬਾਰੇ ਗੱਲ ਪ੍ਰਗਟ ਹੋਏਗੀ ਸੰਸਾਰ ਵਿੱਚ ਵੀ ਸ਼੍ਰੀ ਮਹੰਤ ਕਿਰਪਾਲ ਦਾਸ ਸਲੋਤਰ ਦੇ ਨਾਲ ਹੀ ਵੈਰੀਆਂ ਨੂੰ ਮਾਰਦਾ ਰਿਹਾ। ਗੁਰ ਕੇ ਸੁਣ ਬਾਕ ਆਨੰਦ ਪਇਓ, ਕਲਗੀਧਰ ਮਹਾਰਾਜ ਦੇ ਬਚਨ ਸੁਣੇ ਤਾਂ ਮਹੰਤ ਕਿਰਪਾਲ ਦਾਸ ਬੜਾ ਹੀ ਆਨੰਦਿਤ ਹੋਇਆ, ਬਲ ਸਾਥ ਸਵਾਤ ਸੰਭਾਲ ਲਇਓ, ਆਗਿਆ ਮਿਲੀ ਤੇ ਬਲ ਦੇ ਨਾਲ ਸਲੋਤਰ ਆਪਣੇ ਹੱਥਾਂ ਵਿੱਚ ਸੰਭਾਲ ਲਿਆ। ਦੀਰਘ ਦੇ ਸੋ ਪੇਟ ਮਾ, ਜਿਸ ਕਿਰਪਾਲ ਦਾਸ ਮਹੰਤ ਦਾ ਸਰੀਰ ਬੜਾ ਤਗੜਾ ਏ,
ਕਈ ਕਈ ਘੰਟੇ ਚੌਂਕੜਾ ਮਾਰਦਾ ਸੀ, ਜਿਸ ਕਰਕੇ ਢਿੱਡ ਵੀ ਬਹੁਤ ਵਧਿਆ ਹੈ। ਬਾਹਾਂ ਗੋਡਿਆਂ ਤੋਂ ਹੇਠਾਂ ਲੰਮੀਆਂ, ਬੜੀਆਂ ਲੰਮੀਆਂ ਹਨ। ਬੜ ਓਲ ਲਹਾ, ਤੇ ਬੰਦਗੀ ਦੇ ਪ੍ਰਤਾਪ ਕਰਕੇ ਡੌਲਿਆਂ ਦੇ ਵਿੱਚ, ਬਾਹਾਂ ਦੇ ਵਿੱਚ ਬੜਾ ਬਲ ਹੈ ਕਿਰਪਾਲ ਦਾਸ ਦੇ। ਜੱਟ ਜੂਟ ਜੁਟਿਓ ਜੇ ਸੀਸ ਤਰੇ, ਤੇ ਉਦਾਸੀ ਸਾਧੂ ਸੀ, ਜੜਾਵਾਂ ਦਾ ਜੂੜਾ ਸਿਰ ਦੇ ਉੱਤੇ ਕੀਤਾ ਹੋਇਆ ਹੈ। ਬਾਕੀ ਸਰੀਰ ਦੇ ਅੰਗਾਂ ਦੇ ਉੱਤੇ ਸਵਾਹ ਮਲੀ ਹੈ ਮਹੰਤ ਨੇ। ਤੁਰੰਗ ਧਵਾਏ ਚੱਲੇ ਹੋ, ਆਪਣੇ ਘੋੜੇ ਨੂੰ ਕਹਿੰਦੇ ਅੱਡੀ ਲਾਈ ਤੇ ਤੇਜ ਦੌੜਾ ਕੇ ਮੈਦਾਨ ਦੇ ਵਿੱਚ ਨੂੰ ਚਲਾ ਗਿਆ। ਤਦਕਾਨਨ ਗੋ ਤਦਕਾਲ ਦਲੇ, ਬੜੀ ਛੇਤੀ ਨਾਲ ਮੈਦਾਨ ਦੇ ਵਿੱਚ ਜਾ ਕੇ ਜਿਹੜਾ ਖਾਨਾਂ ਦਾ ਦਲ ਸੀ ਉਹਨੂੰ ਦਲ ਲਿਆ, ਭਾਵ ਕੇ ਉਹਨਾਂ ਵਿੱਚ ਭਾਜੜ ਪਾ ਦਿੱਤੀ ਸ਼੍ਰੀ ਮਹੰਤ ਨੇ। ਤਨ ਭੈਰਵ ਭੇਖ ਸੁਪੈਦ ਕਰਿਓ, ਤਨ ਭੈਰਵ ਭੇਖ ਸੁਪੈਦ ਕਰਿਓ, ਜੋ ਸਰੀਰ ਭਿਆਨਕ ਭੇਖ ਹੈ ਕਿਰਪਾਲ ਦਾਸ ਦਾ, ਭਿਆਨਕ ਸਰੂਪ ਹੀ ਵੇਖਿਆ ਹੈ ਪਠਾਨਾਂ ਨੂੰ, ਇਉਂ ਹੀ ਲੱਗਾ ਵੀ ਜਿਵੇਂ ਸਾਡਾ ਕਾਲ ਹੀ ਆ ਗਿਆ, ਚਿੱਟੇ ਰੰਗ ਦੀ ਸਵਾਹ ਵੀ ਮਲੀ ਹੈ ਸਰੀਰ ਤੇ। ਆਨਨ ਲਾਲ ਸੁਕੋਪ ਪਰਿਓ, ਆਪਣਾ ਚਿਹਰਾ ਆਪਣੇ ਨੇਤਰ ਵੀਰ ਰਸ ਦੇ ਵਿੱਚ ਮਹੰਤ ਕਿਰਪਾਲ ਦਾਸ ਨੇ ਲਾਲੋ ਲਾਲ ਕਰ ਲਏ। ਦਰਪਾਏ ਪਠਾਨਨ ਅਗਰ ਪਇਓ, ਇਹਨੇ ਬੜਾ ਵੀਰ ਰਸ ਦੇ ਵਿੱਚ ਭਰਿਆ, ਨੇਤਰ ਚਿਹਰਾ ਲਾਲ ਹੋ ਗਿਆ। ਡਰ ਪਾਏ ਪਠਾਨਨ ਅਗਰ ਪਇਓ, ਤੇ ਕਹਿੰਦੇ ਜਦੋਂ ਮਹੰਤ ਨੂੰ ਵੇਖਿਆ, ਡਰਾ ਕੇ ਪਠਾਣਾ ਨੂੰ ਅੱਗੇ ਹੋਇਆ, ਲਲਕਾਰਦਾ ਹੋਇਆ, ਜਿੱਥੇ ਹਯਾਤ ਖਾਨ ਆਪਣੇ ਟੋਲੇ ਨੂੰ ਜਥੇ ਨੂੰ ਲੈ ਕੇ ਲੜ ਰਿਹਾ ਸੀ, ਉਹਨਾਂ ਦੇ ਅੱਗੇ ਹੋਇਆ, ਲਲਕਾਰਦਾ ਹੋਇਆ। ਤੇ ਕਹਿੰਦੇ ਜਾਂਦਿਆਂ ਹੀ ਮਹੰਤ ਨੇ ਕੋਈ ਬਹੁਤਾ ਸਮਾਂ ਨਹੀਂ ਲਾਇਆ, ਮੈਦਾਨ ਵਿੱਚ ਪਹੁੰਚਦਿਆਂ ਹੀ ਜਿਹੜਾ ਪਠਾਨਾਂ ਦਾ ਜਰਨੈਲ ਹੈ, ਜਿਹਨੇ ਕਈ ਸਿੱਖਾਂ ਨੂੰ ਸ਼ਹੀਦ ਕੀਤਾ, ਉਹਨੂੰ ਜਾਂਦਿਆਂ ਲਲਕਾਰ ਲਿਆ, ਉਹ ਨਿਮਕ ਹਰਾਵਾਂ, ਉਹ ਪਠਾਣਾ, ਉਹ ਹਯਾਤ ਖਾਨ, ਜੇ ਜੰਗ ਕਰਨਾ ਹੈ ਤਾਂ ਮੇਰੇ ਨਾਲ ਕਰ। ਇਤ ਜਾਤ ਭਜਿਓ ਇਤ ਹੋ ਖਰਿਓ, ਤੇ ਘੋੜਾ ਇੱਧਰ ਉੱਧਰ ਨੂੰ ਹਯਾਤ ਖਾਨ ਦੜਾਉਂਦਾ ਸੀ, ਇੱਕ ਥਾਂ ਦੀ ਨਹੀਂ ਸੀ ਖਲੋਂਦਾ, ਤੇ ਜਾ ਕੇ ਮਹੰਤ ਨੇ ਵੰਗਾਰ ਕੇ ਕਿਰਪਾਲ ਦਾਸ ਨੇ ਕਿਹਾ, ਉਹ ਨਿਮਕ ਹਰਾਮਾ ਕਿੱਧਰ ਭੱਜਿਆ ਜਾਂਦਾ, ਇੱਥੇ ਆ ਇੱਕ ਥਾਂ ਖਲੋ ਕੇ ਜੰਗ ਕਰ ਮੇਰੇ ਨਾਲ। ਸਾਧ ਕਿਰਪਾਨ ਨਕਾਰ ਲਰਿਓ, ਅਜੇ ਤੂੰ ਵੱਡਾ ਸੂਰਮਾ ਏ, ਤਾਂ ਤੂੰ ਕਿਰਪਾਨ ਕੱਢ ਕੇ ਮੇਰੇ ਉੱਤੇ ਵਾਰ ਕਰ ਆਪਣਾ। ਅਮਰੇ ਬਾਬੀਰ ਤੇਰਾ ਨਾਮ, ਮੈਂ ਵੇਖਦਾ ਰਿਹਾ ਤੈਨੂੰ, ਤੂੰ ਸਾਡੇ ਬੜੇ ਸੂਰਮੇ ਜੰਗ ਦੇ ਵਿੱਚ ਸ਼ਹੀਦ ਕੀਤੇ ਹਨ, ਹੁਣ ਤੇਰੇ ਨਾਲ ਦੋ ਹੱਥ ਕਰਨ ਮੈਂ ਆਇਆ ਹਾਂ। ਸਨਮੁਖ ਧੀਰ ਤਰੋ ਮਨ ਮੈਂ, ਤੇ ਕਿਰਪਾਲ ਦਾਸ ਕਹਿੰਦਾ ਹਯਾਤ ਖਾਨ ਸਾਹਮਣੇ ਆ, ਇੱਧਰ ਘੋੜਾ ਭਜਾ ਕੇ ਕਦੀ ਸੱਜੇ ਕਦੀ ਖੱਬੇ ਕੀ ਜੰਗ ਕਰਦਾ। ਕਹਿੰਦੇ ਸੂਰਮਾ ਏ, ਤਾਂ ਧੀਰਜ ਧਾਰ ਕੇ ਮਨ ਵਿੱਚ ਹੌਸਲਾ ਰੱਖ ਕੇ ਮੇਰੇ ਸਾਹਮਣੇ ਖਲੋ ਕੇ ਜੰਗ ਕਰ ਮੇਰੇ ਨਾਲ। ਸੁਣ ਖਾਨ ਮੁਰਿਓ ਲਲਕਾਰ ਤਈ, ਹਯਾਤ ਖਾਨ ਨੇ ਜਦੋਂ ਸੁਣਿਆ ਵੀ ਪਠਾਨ ਮਾਨੀ ਸੀ ਆਪਣੇ ਆਪ ਨੂੰ, ਸੂਰਮਾ ਤਗੜਾ ਮੰਨਦਾ ਤੇ ਹੈਗਾ ਵੀ ਸੀ, ਜਦੋਂ ਪਠਾਨ ਨੇ ਵੇਖਿਆ ਵੀ ਇੱਕ ਸਾਧ, ਕਹਿੰਦੇ ਮੈਂ ਸੂਰਮਾ ਦੇ ਇੱਕ ਸਾਧ ਗੁਰੂ ਦਾ ਆ ਕੇ ਮੈਨੂੰ ਲਲਕਾਰਦਾ, ਇਹਨੇ ਉਸੇ ਵੇਲੇ ਘੋੜੇ ਦੀਆਂ ਲਗਾਮਾਂ ਖਿੱਚੀਆਂ, ਕਾਲਾ ਖਿੱਚਿਆ ਤੇ ਮੁੜ ਕੇ ਮਹਾਤਮਾ ਵੱਲ ਨੂੰ ਹੋਇਆ। ਜਿਮ ਨਾਗ ਕੇ ਪੂਛੇ ਤਾਪ ਤਈ, ਜਿਵੇਂ ਕਹਿੰਦੇ ਕੋਈ ਕਾਲੇ ਸੱਪ ਦੇ ਨਾਗ ਦੀ ਪੂਛ ਤੇ ਪੈਰ ਰੱਖੇ ਤੇ ਵਾਪਸ ਮੁੜਦਾ ਹੈ ਨਾ, ਏਦਾਂ ਕਹਿੰਦੇ ਹਯਾਤ ਖਾਨ ਪਠਾਨ ਕਿਰਪਾਲ ਦਾਸ ਦਾ ਲਲਕਾਰਾ ਸੁਣ ਕੇ ਇਕਦਮ ਪਛਾਣ ਮੁੜਿਆ ਏ। ਸਮੁਖ ਦੋਨੋਂ ਵੀਰ ਖੜੇ, ਏਦਾਂ ਦੋਵੇਂ ਸੂਰਮੇ ਇੱਕ ਦੂਜੇ ਦੇ ਆਹਮੋ ਸਾਹਮਣੇ ਹੋ ਕੇ ਖਲੋ ਗਏ, ਇੱਕ ਪਾਸੇ ਪਠਾਨ ਦੂਜੇ ਪਾਸੇ
ਸ਼੍ਰੀ ਮਹੰਤ ਕਿਰਪਾਲ ਦਾਸ ਉਦਾਸੀ ਸਾਧੂ ਖਲੋ ਗਿਆ। ਤਰਵਾਰ ਨਕਾਰੇ ਕੋਪ ਭਰੇ, ਘੋੜੇ ਦੇ ਅਸਵਾਰ ਹੋਏ ਕ੍ਰੋਧ ਵਿੱਚ ਭਰੇ ਹੋਏ, ਆਦ ਖਾਨ ਨੇ ਆਪਣੇ ਮਿਆਨ ਚੋਂ ਤਲਵਾਰ ਖਿੱਚ ਲਈ ਧੂ ਲਈ। ਉਦਕਾ ਬੜ ਮੋਟ ਸੰਭਾਰਤ ਵੈ, ਤੇ ਬੜੇ ਕਹਿੰਦੇ ਬਲ ਦੇ ਨਾਲ ਪੂਰਾ ਜ਼ੋਰ ਲਾ ਕੇ ਆਦ ਖਾਨ ਨੇ ਕਿਰਪਾਲ ਦਾਸ ਦੇ ਸਿਰ ਤੇ ਵਾਰ ਕੀਤਾ, ਤੇ ਅੱਗੋਂ ਮਹੰਤ ਨੇ ਆਪਣਾ ਸਲੋਤਰ ਕਰਕੇ ਵਾਰ ਰੋਕ ਲਿਆ। ਦਲ ਦੋਏ ਲੰਕੇ ਪਟ ਦੇਖ ਸਭੈ, ਤੇ ਜਦੋਂ ਦੋਵਾਂ ਸੂਰਮਿਆਂ ਦਾ ਜੰਗ ਹੋਣ ਲੱਗਾ, ਤੇ ਜਿਹੜੇ ਦੋਵਾਂ ਦਲਾਂ ਦੇ ਬਾਕੀ ਸੂਰਮੇ ਨੇ ਨਾ, ਉੱਧਰ ਪਹਾੜੀ ਜਾਂ ਪਠਾਨ ਤੇ ਇੱਧਰ ਗੁਰੂ ਕੇ ਸਿੱਖ, ਕਹਿੰਦੇ ਵੀ ਉਹ ਜੰਗ ਕਰਦਿਆਂ ਕਰਦਿਆਂ ਰੁਕ ਗਏ, ਕਹਿੰਦੇ ਰੁਕ ਜਾਓ ਆਪਾਂ ਫੇਰ ਲੜਾਂਗੇ, ਇੱਧਰ ਦੋ ਸੂਰਮਿਆਂ ਦਾ ਜੰਗ ਹੋ ਰਿਹਾ, ਪਹਿਲਾਂ ਆਪਾਂ ਇਹੀ ਵੇਖ ਲਈਏ। ਲਗ ਸਾਧ ਬਪੂਤ ਜਟਾਉ ਤਰੇ, ਆ ਵੇਖਿਆ ਵੀ ਏਦਾਂ ਵੀ ਕੋਈ ਲੜਦਾ ਹੁੰਦਾ ਹੈ, ਵੀ ਸਲੋਤਰ ਲੈ ਕੇ, ਕਹਿੰਦੇ ਸਾਧ ਜੜਾਵਾਂ ਵਾਲਾ ਵੀ ਕਦੀ ਜੰਗ 'ਚ ਲੜਦਾ ਵੇਖਿਆ? ਏਦਾਂ ਪਹਾੜੀਏ ਪਠਾਨ ਆਪਸ ਵਿੱਚ ਗੱਲਾਂ ਕਰਦੇ ਨੇ, ਕਹਿੰਦੇ ਵੇਖੋ ਵੀ ਆਪਣੇ ਜਰਨੈਲ ਦੇ ਨਾਲ ਜੰਗ ਕਰਨ ਵਾਸਤੇ ਆਇਆ, ਆਪਾਂ ਪਹਿਲਾਂ ਇਹਦਾ ਜੰਗ ਵੇਖੀਏ। ਇਹ ਜਾਣ ਕੇ ਵੀ ਸਾਧੂ ਨੇ ਸਰੀਰ 'ਤੇ ਸਵਾਹ ਮਲੀ ਆ, ਹੱਥ ਦੇ ਵਿੱਚ ਕੁਤਕਾ ਫੜਿਆ ਹੋਇਆ ਵੱਡਾ, ਸਲੋਤਰ ਡੰਡਾ ਫੜਿਆ ਹੋਇਆ ਏ, ਗਿਰਨਾਥ ਪਠਾਨੰਦ ਸੰਤ ਕਰੇ, ਇੱਧਰ ਪਹਾੜੀਆਂ ਦੀਆਂ ਫੌਜਾਂ, ਉੱਧਰ ਗੁਰੂ ਮਹਾਰਾਜ ਦੀ ਫੌਜ ਸਾਰੀ ਹੀ ਖਲੋ ਕੇ, ਤੇ ਦੋਵਾਂ ਸੂਰਮਿਆਂ ਦਾ ਜੰਗ ਵੇਖ ਰਹੀ ਹੈ। ਜੋਤ ਫਲੋ ਅੱਠ ਸਾਧ ਕੀਓ, ਕਹਿੰਦੇ ਵੀ ਆਹ ਚੰਗਾ ਜੰਗ ਹੈ, ਵੀ ਸਲੋਤਰ ਲੈ ਕੇ ਸਾਧ ਨੇ ਹੱਠ ਕੀਤਾ ਹੈ ਜੰਗ ਕਰਨ ਦਾ। ਹਿਤ ਮਾਰਨ ਕੇ ਕੁਤਕਾ ਸੋ ਲਿਓ, ਤੇ ਹਿਤ ਮਾਰਨ ਕੇ ਕੁਤਕਾ ਸੋ ਲਿਓ, ਤੇ ਕਹਿੰਦੇ ਵੀ ਵੇਖੋ ਸਾਡੇ ਜਰਨੈਲ ਦੇ ਮਾਰਨ ਵਾਸਤੇ ਹੱਸ ਦੇ ਵਿੱਚ ਸਲੋਤਰ ਹੀ ਮੋਟਾ ਡੰਡਾ ਹੀ ਪਕੜਿਆ ਹੋਇਆ, ਕੁਤਕਾ ਹੀ ਪਕੜਿਆ ਹੋਇਆ ਏ। ਅੱਜ ਕਹਿ ਰਨ ਦੇਖਣ ਦੋਏ ਲੰਕੋ, ਸੋ ਇਸ ਤਰ੍ਹਾਂ ਦਾ ਮਾਹੌਲ ਵੇਖ ਕੇ ਦੋਵਾਂ ਪਾਸਿਆਂ ਦੇ ਸੂਰਮੇ ਆਪਸ ਵਿੱਚ ਜੰਗ ਕਰਨਾ ਛੱਡ ਕੇ ਇੱਧਰ ਨੂੰ ਹੀ ਧਿਆਨ ਕੀਤਾ ਸਾਰਿਆਂ ਨੇ। ਪੂਰਮ ਕੀਨ ਕੋਈ ਲੰਕੋ, ਤੇ ਨਾਲੇ ਆਪਸ ਵਿੱਚ ਗੱਲਾਂ ਕਰਦੇ, ਕਹਿੰਦੇ ਪਹਿਲਾਂ ਏਦਾਂ ਦਾ ਜੰਗ ਨੀ ਕਦੀ ਕਿਸੇ ਨੇ ਕੀਤਾ, ਵੀ ਜੜਾਵਾਂ ਵਾਲਾ ਸਾਧੂ ਲੜਦਾ ਨੀ ਵੇਖਿਆ, ਇਹ ਖਾਂਦੇ ਤੇ ਛਕਦੇ ਛਕਾਉਂਦੇ ਤਾਂ ਬੈਠੇ ਵੇਖੇ ਆ, ਪਰ ਜੰਗ ਕਰਦਾ ਪਹਿਲੀ ਵਾਰਾਂ ਵੇਖ ਰਹੇ ਹਾਂ। ਇਹ ਆ ਗੁਰੂ ਕਲਗੀ ਧਰ ਦੀ ਸ਼ਕਤੀ, ਵੀ ਜਿਹੜੇ ਬੈਠ ਕੇ ਖਾਣ ਵਾਲੇ ਸੀ ਉਹ ਵੀ ਜੰਗ ਕਰਨ ਤਿਆਰ ਹੋ ਗਏ। ਫਿਰ ਕਹਿੰਦੇ ਐ ਵੀ ਜੜਾਵਾਂ ਵਧੀਆ ਸਵਾਹ ਮਲੀ ਆ, ਹੱਥ ਵਿੱਚ ਸਲੋਤਰ ਫੜਿਆ, ਏਦਾਂ ਦਾ ਜੰਗ ਅਸੀਂ ਨੀ ਪਹਿਲਾਂ ਕਦੀ ਵੇਖਿਆ ਕਿਸੇ ਨੂੰ ਕਰਦੇ ਆ। ਕਰ ਤੇਜ ਤੁਰੰਗ ਪਠਾਨ ਆਇਓ, ਇਸ ਤਰ੍ਹਾਂ ਸਾਰੇ ਦੋਵੇਂ ਪਾਸਿਓਂ ਸੂਰਮੇ ਠਹਿਰ ਗਏ ਨੇ, ਜੰਗ ਮਾਨੋ ਠਹਿਰ ਗਿਆ ਹੈ, ਤੇ ਸਾਰਿਆਂ ਦੀ ਨਿਗਾਹ ਹਿਆਦ ਖਾਨ ਤੇ ਮਹੰਤ ਕਿਰਪਾਲ ਦਾਸ ਦੇ ਉੱਤੇ ਹੈ। ਕਰ ਤੇਜ ਤੁਰੰਗ ਪਠਾਨ ਆਇਓ, ਘੋੜੇ ਨੂੰ ਤੇਜ ਕਰਕੇ ਪਠਾਨ ਕਿਰਪਾਲ ਦਾਸ ਸਾਧੂ ਵੱਲ ਆਇਆ ਏ। ਤਲਵਾਰ ਨਕਾਰ ਉਭਾਰ ਲਇਓ, ਤੇ ਤਲਵਾਰ ਨੂੰ ਕੱਢ ਕੇ ਕਹਿੰਦੇ ਵੀ ਤਲਵਾਰ, ਹਾਂਜੀ ਤਲਵਾਰ ਨਕਾਰ ਉਭਾਰ ਲਇਓ, ਮਿਆਨ ਦੇ ਵਿੱਚੋਂ ਤਲਵਾਰ ਧੂ ਕੇ ਤੇ ਉੱਪਰ ਨੂੰ ਕਰ ਲਈ। ਔਰ ਤੀਰਜ ਸਮੁਖ ਸਾਧ ਖਰਿਓ, ਤੇ ਇੱਧਰ ਵਾਰ ਕਰਨ ਲੱਗਾ ਪਹਿਲਾ ਹਿਆਦ ਖਾਨ, ਪਰ ਸਾਹਮਣੇ ਖਲੋਤਾ ਹੈ ਗੁਰੂ ਕਾ ਸਾਧੂ ਮਹਾਤਮਾ ਕਿਰਪਾਲ ਦਾਸ, ਬੜੀ ਧੀਰਜ ਦੇ ਸਹਿਤ ਹੈ, ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ। ਕੁਤਕਾ ਗੈ ਨਾ ਕਨਾਈ ਡਰਿਓ, ਹੱਥ ਦੇ ਵਿੱਚ ਭਾਵੇਂ ਇਕੱਲਾ ਸਲੋਤਰ ਹੀ ਹੈ, ਨਾ ਕੋਈ ਢਾਲ ਹੈ ਨਾ ਕੋਈ ਹੋਰ ਸ਼ਸਤਰ ਹੈ, ਪਰ ਫੇਰ ਵੀ ਕਹਿੰਦੇ ਡਰਿਆ ਨਹੀਂ ਹੈ ਸਾਧੂ। ਤਬ ਖਾਨ ਆਦ ਸਮੀਪ ਟੁਕਿਓ, ਨੇੜੇ ਹੋਇਆ ਹੈ ਆਦ ਖਾਨ ਕਿਰਪਾਲ ਦਾਸ ਮਹਾਤਮਾ ਦੇ। ਕਰਵਾਰ ਤਰੇ ਕਰਵਾਰ ਰੁਕੇ, ਉਸੇ ਵੇਲੇ ਕਹਿੰਦੇ ਵੀ
ਹੱਥ ਦੇ ਵਿੱਚ ਤਲਵਾਰ ਪਕੜ ਕੇ ਬੜੇ ਬਲ ਦੇ ਨਾਲ ਕਿਰਪਾਲ ਦਾਸ ਦੇ ਸਿਰ ਦੇ ਉੱਤੇ ਕਿਰਪਾਨ ਦਾ ਵਾਰ ਕੀਤਾ ਜਦੋਂ ਤਾਂ ਉਸ ਵੇਲੇ ਕਿਰਪਾਲ ਦਾਸ ਨੇ ਅੱਗੇ ਸਲੂਤਰ ਕਰ ਦਿੱਤਾ, ਜਿਸ ਕਰਕੇ ਇਹਦਾ ਵਾਰ ਖਾਲੀ ਚਲਾ ਗਿਆ, ਰੁਕ ਗਿਆ। ਅੱਗੇ ਸਲੂਤਰ ਕਰਕੇ ਬੜੇ ਭਲੇ ਢੰਗ ਦੇ ਨਾਲ ਸਾਧੂ ਨੇ ਹਯਾਤ ਖਾਨ ਦਾ ਵਾਰ ਰੋਕ ਲਿਆ, ਆਪਣਾ ਆਪ ਬਚਾ ਲਿਆ। ਟੂਟ ਦਵੇ ਗਿਰਗਾ ਸੋ ਤਲੇ, ਹਯਾਤ ਖਾਨ ਨੇ ਇਸ ਕਿਰਪਾਨ ਬੜੇ ਬਲ ਦੇ ਨਾਲ ਪੂਰਾ ਜ਼ੋਰ ਲਾ ਕੇ ਮਾਰੀ ਸੀ, ਇਸ ਗੁੱਸੇ ਨਾਲ ਵੀ ਸਿਰ ਤੋਂ ਲੈ ਕੇ ਘੋੜੇ ਦੇ ਸਮੇਤ ਮੈਂ ਸਾਧ ਦੇ ਦੋ ਟੋਟੇ ਕਰਨੇ ਆ। ਇਹ ਪੂਰਾ ਬਲ ਲਾਇਆ ਹੋਣ ਕਰਕੇ ਜਦੋਂ ਲੱਕੜ ਦਾ ਅੱਗੇ ਸਲੋਤਰ ਅੱਗੇ ਕੀਤਾ ਤਾਂ ਉਹ ਕਿਰਪਾਨ ਉਹਦੇ ਵਿੱਚ ਵੱਜ ਗਈ। ਵੱਜਦਿਆਂ ਹੋਇਆ ਕਹਿੰਦੇ ਦੋ ਟੋਟੇ ਹੋ ਗਏ ਤਲਵਾਰ ਦੇ। ਉਸ ਵੇਲੇ ਜਿਵੇਂ ਕਹਿੰਦੇ ਕਿਹੜੀ ਸ਼ੇਰ ਭਭਕਦਾ ਹੈ ਨਾ, ਜਿਵੇਂ ਬੱਬਰ ਸ਼ੇਰ ਗੱਜਦਾ ਹੈ ਛਾਲ ਮਾਰਦਾ, ਜਦੋਂ ਹਯਾਤ ਖਾਨ ਨੇ ਆਪਣਾ ਵਾਰ ਕਰ ਲਿਆ ਉਸ ਵੇਲੇ ਕਿਰਪਾਲ ਦਾਸ ਕਹਿੰਦੇ ਲਲਕਾਰੇ ਵਿੱਚ ਆਇਆ, ਸ਼ੇਰ ਦੇ ਵਾਂਗ ਗਰਜਿਆ ਹੈ। ਦੋਵਾਂ ਦਲਾਂ ਦੇ ਸਾਰੇ ਸੂਰਮੇ ਵੇਖ ਰਹੇ ਨੇ ਵੀ ਹੁਣ ਕੀ ਕਰਦਾ ਹੈ ਕਿਰਪਾਲ ਦਾਸ, ਵੇਖੀਏ ਖੜ ਕੇ। ਬੜੇ ਬਲ ਦੇ ਨਾਲ ਜਿਹੜਾ ਸਲੋਤਰ ਸੀ ਪਤਲੇ ਪਾਸੇ ਹੱਥਾਂ ਦੇ ਵਿੱਚ ਪਕੜ ਕੇ ਮਹੰਤ ਨੇ ਸੰਭਾਲ ਲਿਆ। ਸਿਰ ਖਾਨ ਆਦ ਕੇ ਚਾਰ ਦਿਓ, ਤੇ ਆਪਣੇ ਸਿਰ ਦੇ ਉੱਤੋਂ ਦੀ ਇੱਕ ਵਾਰ ਕਹਿੰਦੇ ਵੀ ਕਿਰਪਾਲ ਦਾਸ ਮਹੰਤ ਨੇ ਸਲੋਤਰ ਘੁਮਾਇਆ ਤੇ ਘੁਮਾ ਕੇ ਪੂਰੇ ਬਲ ਦੇ ਨਾਲ ਹਯਾਤ ਖਾਨ ਦੇ ਨੇੜੇ ਹੋ ਕੇ ਜਦੋਂ ਉਹਨੇ ਕਿਰਪਾਨ ਦਾ ਵਾਰ ਕੀਤਾ, ਕਿਰਪਾਨ ਟੁੱਟ ਗਈ। ਬੜੀ ਫੁਰਤੀ ਦੇ ਨਾਲ ਲਲਕਾਰਦਿਆਂ ਹੋਇਆ ਮਹਾਤਮਾ ਨੇ ਉਹਦੇ ਸਿਰ ਦੇ ਉੱਤੇ ਸਲੋਤਰ ਮਾਰ ਦਿੱਤਾ। ਭੰਗ ਕੋ ਬਲ ਪਾਏ ਰਕਾਬਨ ਪੈ, ਤੇ ਆਪਣੇ ਜਿਹੜੇ ਰਕਾਬਾਂ ਦੇ ਵਿੱਚ ਪੈਰਾਂ ਦਾ ਬਲ ਪਾ ਕੇ, ਸਾਰਾ ਹੀ ਜਿਹੜਾ ਬਲ ਹੈ ਉਹ ਰਕਾਬਾਂ ਦੇ ਉੱਤੇ ਪਾ ਕੇ ਪੈਰਾਂ ਦਾ, ਰਕਾਬਾਂ ਦੇ ਉੱਤੇ ਮਾਨੋ ਵੀ ਖਲੋ ਕੇ ਸਿੱਧਿਆਂ ਦੇ ਪੂਰੇ ਜ਼ੋਰ ਦੇ ਨਾਲ ਆਸਣ ਪੈ, ਤੇ ਜਿੱਥੇ ਆਪਣੇ ਆਸਣ ਤੇ ਬੈਠਾ ਸੀ ਘੋੜੇ ਦੀ ਕਾਠੀ ਦੇ ਕਿਰਪਾਲ ਦਾਸ ਮਹਾਤਮਾ ਰਕਾਬਾਂ ਦੇ ਵਿੱਚ ਕਹਿੰਦੇ ਪੈਰ ਰੱਖੇ, ਭਾਰ ਪਾਇਆ, ਥੋੜਾ ਜਿਹਾ ਉਛਲਿਆ ਹੈ ਆਪਣੇ ਆਸਣ ਤੋਂ। ਜਿੰਨਾ ਵੀ ਸਰੀਰ ਦੇ ਵਿੱਚ ਕਿਰਪਾਲ ਦਾਸ ਦੇ ਬਲ ਸੀ ਸਾਰੇ ਦਾ ਸਾਰਾ ਹੀ ਕਹਿੰਦੇ ਵੀ ਉਛਲ ਕੇ ਜ਼ੋਰ ਲਾ ਦਿੱਤਾ। ਛੱਡੋ, ਦੋਵਾਂ ਹੱਥਾਂ ਦੇ ਨਾਲ ਘੋੜੇ ਦੇ ਚੜੇ ਹੋਏ ਰਕਾਬਾਂ 'ਚ ਪੈਰ ਚਰਨ ਰੱਖ ਕੇ ਖਲੋ ਕੇ ਮਹਾਤਮਾ ਨੇ ਕਹਿੰਦੇ ਜਦੋਂ ਬਲ ਦੇ ਨਾਲ ਸਲੋਤਰ ਮਾਰਿਆ ਹਯਾਤ ਖਾਨ ਦੇ, ਇਸ ਬਾਤ ਲੱਗੇ ਉਹ ਸਿਰ ਫੋਰ ਦੇ, ਇਸ ਤਰ੍ਹਾਂ ਕਹਿੰਦੇ ਵੀ ਜਾ ਕੇ ਹਯਾਤ ਖਾਨ ਜਰਨੈਲ ਦੇ ਸਿਰ ਦੇ ਵਿੱਚ ਸਲੋਤਰ ਵੱਜਿਆ, ਵੀ ਵੱਜਦਿਆਂ ਸਾਰੀ ਇਹਦਾ ਸਿਰ ਭੰਨ ਦਿੱਤਾ, ਸਿਰ ਫੇਰ ਦਿੱਤਾ ਕਿਰਪਾਲ ਦਾਸ ਮਹਾਤਮਾ ਨੇ। ਮ੍ਰਿਤ ਪਇਓ, ਤੇ ਚਿੱਟੇ ਰੰਗ ਦੀ ਕਹਿੰਦੇ ਸਿਰ ਦੇ ਵਿੱਚੋਂ ਮਿਝ ਨਿਕਲੀ ਹੈ, ਲਹੂ ਦੀਆਂ ਤਤੀਰੀਆਂ ਵੱਗ ਗਈਆਂ ਹਨ, ਪਟਾਕਾ ਚੱਲਣ ਦੀ ਜਿਵੇਂ ਆਵਾਜ਼ ਆਉਂਦੀ ਹੈ ਏਦਾਂ ਦਾ ਆਵਾਜ਼ਾ ਆਇਆ ਏ। ਖੰਡ ਕਰੇ ਜੇ ਸੀਸੈ ਕੇ, ਜਦੋਂ ਮਹੰਤ ਕਿਰਪਾਲ ਦਾਸ ਨੇ ਉਛਲ ਕੇ ਬਲ ਦੇ ਨਾਲ ਘੋੜੇ ਦੇ ਰਕਾਬਾਂ 'ਚ ਚਰਨ ਰੱਖ ਕੇ ਸਲੋਤਰ ਹਯਾਤ ਖਾਨ ਦੇ ਸਿਰ 'ਚ ਮਾਰਿਆ, ਇਹਦਾ ਸਿਰ ਫਿਸ ਗਿਆ, ਤਤੀਰੀਆਂ ਲਹੂ ਦੀਆਂ ਵਗੀਆਂ, ਮਿਝ ਨਿਕਲੀ ਤੇ ਨਾਲ ਹੀ ਮੌਤ ਹੋ ਗਈ। ਕਹਿੰਦੇ ਕਈ ਟੋਟੇ ਸਿਰ ਦੇ ਕਰਕੇ ਧਰਤੀ ਦੇ ਉੱਤੇ ਸੁੱਟ ਦਿੱਤਾ ਪਠਾਨਾਂ ਦਾ ਵੱਡਾ ਜਰਨੈਲ।
ਸਰੀਰ ਦੇ ਟੋਟੇ ਕਰਕੇ ਟੁਕੜੇ ਕਰਕੇ ਕਿਰਪਾਲ ਦਾਸ ਮਹੰਤ ਨੇ ਸੁੱਟ ਦਿੱਤਾ। ਸਾਧ ਸੰਗਤ ਜੀ, ਇੱਥੇ ਗੱਲ ਇੱਕ ਹੋਰ ਵਿਚਾਰ ਨਾਲ ਹੀ ਹੈ। ਇਹੀ ਪਠਾਨ ਕਹਿੰਦੇ ਸੀ ਗੁਰੂ ਦੇ ਕੋਲ ਉਹ ਸੂਰਮੇ ਨੇ ਜਿਨ੍ਹਾਂ ਨੂੰ ਸ਼ਸਤਰ ਵੀ ਨਹੀਂ ਫੜਨੇ ਆਉਂਦੇ। ਇਹਦਾ ਹੰਕਾਰ ਤੋੜਨ ਦੇ ਵਾਸਤੇ ਡੰਡੇ ਦੇ ਨਾਲ ਹੀ ਗੁਰੂ ਕੇ ਸੂਰਮੇ ਨੇ ਇਹਦਾ ਅੰਤ ਕਰ ਦਿੱਤਾ। ਸਭ ਦੇਖੈ ਗਿਰ ਈਸ਼ਾ ਕੇ, ਸਭ ਪਹਾੜੀ ਰਾਜੇ ਵੇਖ ਰਹੇ ਨੇ ਜਿਵੇਂ ਸਾਧੂ ਨੇ, ਕਿਰਪਾਲ ਦਾਸ ਨੇ, ਮਹੰਤ ਨੇ ਇੱਕ ਉਹਨਾਂ ਦਾ ਜਰਨੈਲ ਮਾਰਿਆ ਏ। ਗੁਰ ਸ੍ਰੀ ਮੁਖ ਤੇ ਉਪਮਾ ਸੋਪਨੀ, ਧੰਨ ਗੁਰੂ ਕਲਗੀ ਧਰਮਾ ਰਾਜ ਸਾਰਾ ਜੰਗ ਵੇਖ ਰਹੇ ਸੀ ਨਾ, ਤੇ ਜਦੋਂ ਮਹੰਤ ਨੇ ਜਰਨੈਲ ਮਾਰ ਦਿੱਤਾ ਹਿਆਤ ਖਾਨ, ਤਾਂ ਆਪਣੇ ਮੁਖੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਪਮਾ ਉਚਾਰੀ ਉਸ ਵੇਲੇ। ਦਦ ਕੀ ਮਟਕੀ ਜਨ ਸ਼ਾਮ ਹਨੀ, ਕਹਿੰਦੇ ਵੀ ਇਸ ਕਿਰਪਾਲ ਦਾਸ ਨੇ ਏਦਾਂ ਹਿਆਤ ਖਾਨ ਦਾ ਸਿਰ ਭੰਨਿਆ ਏ ਜਿਵੇਂ ਮੱਖਣ ਵਾਲੀ ਮਟਕੀ ਕ੍ਰਿਸ਼ਨ ਜੀ ਨੇ ਭੰਨੀ ਹੋਵੇ। ਕ੍ਰਿਸ਼ਨ ਜੀ ਕਿਉਂਕਿ ਉਹ ਇਹ ਸੋਚਦੇ ਹੁੰਦੇ ਸੀ ਵੀ ਹੱਥ ਦੇ ਨਾਲ ਮੱਖਣ ਕੱਢਾਂਗੇ ਤੇ ਚਿਰ ਲੱਗੂਗਾ, ਉਹ ਭੰਨ ਹੀ ਦਿੰਦੇ ਸਨ ਵੀ ਛੇਤੀ ਛੇਤੀ ਮੱਖਣ ਖਾ ਕੇ ਨਿਕਲ ਜਾਈਏ। ਤੇ ਜਿਵੇਂ ਕਹਿੰਦੇ ਵੀ ਕ੍ਰਿਸ਼ਨ ਜੀ ਨੇ ਮੱਖਣ ਵਾਲਾ ਮਟਕਾ ਭੰਨਿਆ ਹੋਵੇ ਜਿਵੇਂ ਉਹ ਮਟਕਾ ਭੰਨਦੇ ਸਨ, ਕਿਰਪਾਲ ਦਾਸ ਨੇ ਏਦਾਂ ਹਿਆਤ ਖਾਨ ਦਾ ਕਹਿੰਦੇ ਸਿਰ ਭੰਨ ਦਿੱਤਾ। ਜਿਵੇਂ ਭੀਮ ਗਦਾ ਗਏ ਹਾਥਨ ਮੈਂ, ਤੇ ਜਿਵੇਂ ਕਹਿੰਦੇ ਮਹਾਭਾਰਤ ਦੇ ਯੁੱਧ ਦੇ ਵਿੱਚ ਭੀਮ ਸੈਨ ਨੇ ਗੁਰਜ ਪਕੜ ਕੇ ਹੱਥਾਂ ਦੇ ਅੰਦਰ, ਦੁਰਯੋਧਨ ਕੇ ਹਨੀ ਪਾਟਨ ਮੈਂ, ਤੇ ਦੁਰਯੋਧਨ ਦੇ ਪੱਟਾਂ ਦੇ ਮਾਰੀ ਸੀ ਤੇ ਜਿਵੇਂ ਉਹਦੀਆਂ ਚੀਕਾਂ ਨਿਕਲੀਆਂ, ਕਹਿੰਦੇ ਇਸੇ ਪ੍ਰਕਾਰ ਹਿਆਤ ਖਾਨ ਦਾ ਸਿਰ ਭੰਨਿਆ ਹੈ। ਜੰਗ ਛੰਦ ਬਚਿੱਤਰ ਨਾਟਕ, ਧੰਨ ਗੁਰੂ ਕਲਗੀ ਧਰ ਮਹਾਰਾਜ ਨੇ ਜਿਵੇਂ ਆਪ ਇਹ ਹਯਾਤ ਖਾਨ ਦੇ ਮਰਨ ਦੀ ਜਿਹੜੀ ਕਥਾ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਿੱਤਰ ਨਾਟਕ ਦੇ ਵਿੱਚ ਕਹੀ ਹੈ। ਬਾਲ ਕੋਪੀਅੰ ਕੁੱਤ ਕੋ ਸੰਭਾਰੀ, ਜਿਵੇਂ ਦਸਵੇਂ ਪਾਤਸ਼ਾਹ ਨੇ ਦਸਮ ਗ੍ਰੰਥ 'ਚ ਲਿਖਿਆ, ਸਾਹਿਬ ਜੀ ਕਹਿੰਦੇ ਵੀ ਜਦੋਂ ਹਯਾਤ ਖਾਨ ਬੜਾ ਹੰਕਾਰੀ ਹੋਇਆ ਤਾਂ ਇਹ ਵੇਖ ਕੇ ਕਿਰਪਾਲ ਦਾਸ ਬੜਾ ਵੀਰ ਰਸ ਵਿੱਚ ਆਇਆ ਤੇ ਆਪਣਾ ਸਲੂਤਰ ਸੰਭਾਲ ਕੇ ਮੋਢੇ ਤੇ ਰੱਖ ਲਿਆ। ਹਠੀ ਖਾਨ ਹਯਾਤ ਕੇ ਸੀਸ ਝਾਰੀ, ਬੜਾ ਹਠੀ ਬੜਾ ਬਲੀ ਕਹਿੰਦੇ ਵੀ ਹਯਾਤ ਖਾਨ ਪਠਾਨ ਉਹਦੇ ਸਿਰ ਦੇ ਉੱਤੇ ਜਾ ਕੇ ਝਾੜ ਦਿੱਤੀ, ਭਾਵ ਕੇ ਸਲੂਤਰ ਉਹਦੇ ਸਿਰ ਤੇ ਮਾਰਿਆ। ਕਡਾ ਮੇਜ ਜੋਰਮ, ਤੇ ਜਦੋਂ ਸਲੂਤਰ ਸਿਰ ਤੇ ਵੱਜਾ ਹਯਾਤ ਖਾਨ ਦੇ, ਕਹਿੰਦੇ ਵੀ ਉਹਦੇ ਵਿੱਚੋਂ ਲਹੂ ਦੀਆਂ ਤਤੀਰੀਆਂ ਵਗੀਆਂ, ਚਿੱਟੀਆਂ ਚਿੱਟੀਆਂ ਮਿੱਝ ਦੀਆਂ ਬੋਟੀਆਂ ਨਿਕਲੀਆਂ। ਕਿਹੜਾ ਮੇਜ ਜੋੜਨ, ਕਹਿੰਦੇ ਵੀ ਮੇਜ ਜਿਹੜਾ ਸੀ ਜੋ ਅੰਦਰ ਚਿੱਟੇ ਰੰਗ ਦੀ, ਕਹਿੰਦੇ ਵੀ ਜਿੰਨਾ ਵੀ ਸਿਰ ਦੇ ਵਿੱਚ ਉਹਦੇ ਹੈ ਸੀ ਮਾਸ, ਜੋ ਮਿੱਝ ਆਦਿਕ ਲਹੂ ਆਦਿਕ ਟੋਟੇ ਟੋਟੇ ਹੋ ਕੇ ਸਿਰ ਦੇ ਵਿੱਚੋਂ ਇਸ ਤਰ੍ਹਾਂ ਨਿਕਲਿਆ। ਕਲਗੀ ਧਰ ਮਹਾਰਾਜ ਕਹਿੰਦੇ ਮਨ ਵੀ ਮੱਖਣ ਦਾ ਭਰਿਆ ਹੋਇਆ ਮਟਕਾ ਸ੍ਰੀ ਕ੍ਰਿਸ਼ਨ ਭਗਵਾਨ ਨੇ ਕਹਿੰਦੇ ਤੋੜ ਦਿੱਤਾ ਹੋਵੇ, ਏਦਾਂ ਹਯਾਤ ਖਾਨ ਦਾ ਸਿਰ ਭੰਨਿਆ ਕਿਰਪਾਲ ਦਾਸ ਨੇ। ਪਾਦੜੀ ਸੰਦ ਉਤਲੇ ਉਹ ਤਾਜੇ ਆਸਨ ਜੀਨ ਜਗੈ, ਉਸ ਵੇਲੇ ਜਦੋਂ ਕਿਰਪਾਲ ਦਾਸ ਮਹੰਤ ਨੇ ਰਕਾਬਾਂ ਦੇ ਵਿੱਚ ਆਪਣੇ ਪੈਰ ਰੱਖ ਕੇ ਉਛਲਦਿਆਂ ਹੋਇਆਂ ਛਾਲ ਮਾਰ ਕੇ ਉਸ ਪਠਾਨ ਦੇ ਸਿਰ ਦੇ ਉੱਤੇ ਵਾਰ ਕੀਤਾ ਸੀ। ਗਰਭੂਮ ਪਰਿਓ ਕਰ ਸੀਗਰ ਤਵੈ, ਉਸੇ ਵੇਲੇ ਕਹਿੰਦੇ ਬੜੀ ਛੇਤੀ ਦੇ ਨਾਲ ਪਠਾਨ ਨੂੰ ਮਾਰਦਿਆਂ ਸਾਰੇ ਮਹੰਤ ਕਿਰਪਾਲ ਦਾਸ ਘੋੜੇ ਤੋਂ ਥੱਲੇ ਡਿੱਗ ਪਿਆ ਧਰਤੀ ਤੇ। ਛੁੱਟ
ਕਿਰਪਾਲ ਤਰੰਗ ਮੰਦੂਰ ਗਏ। ਤੇ ਜਦੋਂ ਕਿਰਪਾਲ ਦਾਸ ਮਹੰਤ ਘੋੜੇ ਤੋਂ ਡਿੱਗਿਆ ਉਦੋਂ ਇੱਕ ਹੋਰ ਕੌਤਕ ਹੋਇਆ। ਉਹ ਕੌਤਕ ਇਹ ਹੋਇਆ ਵੀ ਜਿਹੜਾ ਘੋੜਾ ਮਹੰਤ ਕਿਰਪਾਲ ਦਾਸ ਦਾ ਸੀ, ਜਦੋਂ ਕਿਰਪਾਲ ਦਾਸ ਮਹੰਤ ਥੱਲੇ ਡਿੱਗ ਪਿਆ ਤੇ ਘੋੜਾ ਛੁੱਟ ਕੇ ਕਹਿੰਦੇ ਭੱਜ ਗਿਆ। ਦਬਾਏ ਲਏ ਤੇ ਇੱਕ ਪਠਾਨਾਂ ਦੇ ਵਿੱਚੋਂ ਖਾਨ ਨੇ ਇੱਕ ਗੁਰੂ ਦੇ ਦਲ ਦਾ ਘੋੜਾ ਖਾਲੀ ਆਇਆ ਇਹ ਕਹਿੰਦੇ ਦੱਬਣ ਵਾਸਤੇ ਆ ਕੇ ਫੜ ਲਿਆ ਕਾਜੇ ਤੋਂ। ਕਿਰਪਾਲ ਦਾਸ ਮਹੰਤ ਨੇ ਤਾਂ ਕਹਿੰਦੇ ਮਾਰਿਆ ਹੀ ਆ ਆਦ ਖਾਨ ਨੂੰ, ਪਰ ਜਦੋਂ ਉਹਦੇ ਘੋੜੇ ਨੂੰ ਪਠਾਨ ਨੇ ਖਾਨ ਨੇ ਪਕੜਨ ਦਾ ਯਤਨ ਕੀਤਾ ਤਾਂ ਇਹਨਾਂ ਦਾ ਵੀ ਕਹਿੰਦੇ ਵੀ ਯੁੱਧ ਹੋ ਗਿਆ। ਲੜ ਊਧਮ ਕਹਿੰਦੇ ਦੋਵੇਂ ਹੀ ਲੜਨ ਲੱਗ ਪਏ। ਦੀਰਘ ਹੋਦ ਪਏ ਇਹਨਾਂ ਦਾ ਵੀ ਬੜਾ ਤਗੜਾ ਜੰਗ ਹੋ ਗਿਆ। ਗੁਰੂ ਕੇ ਦਲ ਦਾ ਕਿਰਪਾਲ ਦਾਸ ਦਾ ਘੋੜਾ ਅਤੇ ਇੱਕ ਪਠਾਨ ਆਪਸ ਵਿੱਚ ਕਹਿੰਦੇ ਗੁੱਥਮ ਗੁੱਥੀ ਹੋ ਗਏ। ਉਹ ਘੋੜੇ ਨੂੰ ਦੱਬਣਾ ਚਾਹੁੰਦਾ ਤੇ ਘੋੜਾ ਦਾ ਨਹੀਂ ਆਉਂਦਾ। ਗਿਆ ਸਵਾਰ ਦੁਲਾਤ ਦਇਓ ਤੇ ਅਖੀਰ ਕਹਿੰਦੇ ਵੀ ਮਹੰਤ ਕਿਰਪਾਲ ਦਾਸ ਦੇ ਘੋੜੇ ਨੇ ਵੀ ਦੋ ਲੱਤਾਂ ਮਾਰ ਕੇ ਦਲੱਤਾਂ ਮਾਰ ਕੇ ਉਸ ਪਠਾਨ ਨੂੰ ਮਾਰ ਦਿੱਤਾ। ਕੌਤਕ ਦੇਖਤ ਵੀਰ ਕਰੇ ਇਸ ਤਰ੍ਹਾਂ ਦੋਵਾਂ ਦਲਾਂ ਦੇ ਸੂਰਮੇ ਵੇਖ ਰਹੇ ਨੇ ਕੌਤਕ ਕੇ ਕਿਰਪਾਲ ਦਾਸ ਨੇ ਤਾਂ ਮਾਰਿਆ ਸੋ ਮਾਰਿਆ, ਉਹਦੇ ਘੋੜੇ ਨੇ ਵੀ ਇੱਕ ਪਠਾਨ ਨੂੰ ਮਾਰ ਦਿੱਤਾ। ਅਦਭੁਤ ਰੰਗ ਤਰੇ ਦੋਵਾਂ ਪਾਸਿਆਂ ਦੇ ਸੂਰਮਿਆਂ ਨੇ ਬੜਾ ਹੀ ਅਦਭੁਤ ਜਿਹਾ ਰੰਗ ਮੰਨਿਆ, ਬੜਾ ਹੈਰਾਨੀ ਮੰਨੀ ਜੰਗ ਵੇਖ ਕੇ। ਤਬ ਕੇਤਕ ਖਾਨ ਤਵਾਏ ਆਏ ਜਦੋਂ ਕਿਰਪਾਲ ਦਾਸ ਮਹੰਤ ਜਿਹੜਾ ਡਿੱਗਾ ਹੈ ਕਹਿੰਦੇ ਵੀ ਉਹਨੂੰ ਘੇਰਾ ਪਾਉਣ ਦੇ ਲਈ ਕਈ ਪਠਾਨ ਦੌੜ ਕੇ ਆ ਗਏ। ਚਾਰ ਮਹੰਤ ਘੇਰ ਲਏ ਮਹੰਤ ਕਿਰਪਾਲ ਦਾਸ ਜੀ ਨੂੰ ਚਾਰ ਸਫੇਰਿਓਂ ਆ ਕੇ ਘੇਰਾ ਪਾ ਲਿਆ ਵੀ ਇਹਨੇ ਸਾਡਾ ਜਰਨੈਲ ਮਾਰਿਆ ਏ। ਕ੍ਰੋਧਤ ਸਮੁਖ ਧਾਏ ਪਰੇ ਉਸ ਵੇਲੇ ਕਿਰਪਾਲ ਦਾਸ ਫੇਰ ਵੀ ਡਰਿਆ, ਬੜੇ ਕ੍ਰੋਧ ਵਿੱਚ ਆ ਕੇ ਸਾਹਮਣੇ ਉਹਨਾਂ ਨੂੰ ਹੋ ਕੇ ਜੁੱਟ ਗਿਆ। ਸੀਸ ਤੁਰੰਗੇ ਘਾਤ ਕਰਿਓ ਤੇ ਜਿਹੜੇ ਪਠਾਨ ਅੱਗੇ ਵੱਧਦੇ ਆ ਰਹੇ ਸਨ ਕਹਿੰਦੇ ਵੱਧਦੇ ਆਉਂਦੇ ਦੇ ਵਾਰ ਕੀਤਾ ਤੇ ਉਹਦੇ ਘੋੜੇ ਦੇ ਸਿਰ ਤੇ ਕੁਤਕਾ ਵੱਜਾ ਫੇਰ ਸਲੋਤਰ। ਤਤਕਾਲ ਬਿਨਾ ਸੁਧ ਹੋਏ ਗਏ ਤੇ ਜਦੋਂ ਕਿਰਪਾਲ ਦਾਸ ਮਹੰਤ ਨੇ ਵਾਰ ਕੀਤਾ ਤਤਕਾਲ ਬਿਨਾ ਸੁਧ ਹੋਏ ਗਏ ਬੜੀ ਛੇਤੀ ਦੇ ਨਾਲ। ਉਸ ਪਠਾਨ ਦਾ ਕਹਿੰਦੇ ਘੋੜਾ ਬੇਸੁਧ ਹੋ ਕੇ ਮਰ ਕੇ ਧਰਤੀ ਤੇ ਡਿੱਗ ਪਿਆ। ਸਵਾਰ ਸਮੇਤ ਗ੍ਰੰਥ ਪਏ ਅਸਵਾਰ ਦੇ ਸਮੇਤ ਹੀ ਜਿਹੜਾ ਘੋੜਾ ਹੈ ਉਹ ਧਰਤੀ ਤੇ ਡਿੱਗ ਪਿਆ। ਅਸਵਾਰ ਵੀ ਤੇ ਘੋੜਾ ਵੀ ਕਿਰਪਾਲ ਦਾਸ ਨੇ ਇੱਕੇ ਵਾਰ ਦੇ ਨਾਲ ਦੋਵਾਂ ਨੂੰ ਹੀ ਮਾਰ ਦਿੱਤਾ। ਫੇਰ ਜੀਤ ਸਹਾਇਕ ਹੋਏ ਤਵੇ ਇਹਨੇ ਨੂੰ ਘੇਰੇ ਵਿੱਚ ਪਏ ਕਿਰਪਾਲ ਦਾਸ ਜੀ ਨੂੰ ਵੇਖ ਕੇ ਅਜੀਤ ਮਲ ਆ ਕੇ ਸਹਾਈ ਹੋਏ ਘੇਰਾ ਤੋੜਨ ਵਾਸਤੇ। ਆਪਣੇ ਮੈਂ ਸਾਧ ਮਿਲਾਏ ਸਵੇ ਤੇ ਸਾਧੂ ਕਿਰਪਾਲ ਦਾਸ ਨੂੰ ਘੇਰੇ ਵਿੱਚੋਂ ਕੱਢ ਕੇ ਫੇਰ ਆਪਣੇ ਵਿੱਚ ਆਪਣੇ ਦਲ ਦੇ ਵਿੱਚ ਮਿਲਾ ਲਿਆ ਜਾ ਕੇ। ਕਾਂਗਨ ਤੀਰ ਚਲਾਵਤ ਇਸ ਤਰ੍ਹਾਂ ਜੰਗ ਹੋ ਰਿਹਾ, ਸੂਰਮੇ ਗੋਲੀਆਂ ਤੇ ਤੀਰ ਬਹੁਤੇ ਚਲਾ ਰਹੇ ਹਨ ਦੋਵੇਂ ਪਾਸੇ। ਦੋਵਾਂ ਪਾਸਿਆਂ ਦੇ ਸੂਰਮੇ ਤੀਰ ਤੇ ਗੋਲੀਆਂ ਦੇ ਨਾਲ ਮਾਰੇ ਜਾ ਰਹੇ ਨੇ। ਜਿਹੜੇ ਘੋੜ ਸਵਾਰ ਮਾਰੇ ਗਏ ਨੇ ਉਹਨਾਂ ਦੇ ਘੋੜੇ ਖਾਲੀ ਹੀ ਮੈਦਾਨ ਵਿੱਚ ਹਿਣਕਦੇ ਫਿਰਦੇ ਹਨ। ਪਰੇ ਤਰਫਾਵਤ ਸੂਰਮੇ ਧਰਤੀ ਦੇ ਡਿੱਗੇ ਹੋਏ ਤੜਫ ਰਹੇ ਹਨ। ਆਦਤ ਦੁੰਦ
ਪ੍ਰਭਾਵਤ ਹੈ ਤੇ ਵਾਜੇ ਵੱਜ ਰਹੇ ਨੇ ਜਿਹੜਾ ਬੜਾ ਭਾਰੀ ਕਹਿੰਦੇ ਵੀ ਆਵਾਜ਼ਾਂ ਆ ਰਿਹਾ ਏ ਨਨ ਗੀਦਰ ਕੂਕ ਸੁਣਾਵਤ ਹੈ ਬਹੁਤ ਜਾੜੇ ਗਿੱਦੜ ਗਿਰਜਾਂ ਕਾਂ ਆਦਿ ਉੱਚੀ ਉੱਚੀ ਕਹਿੰਦੇ ਵੀ ਕੂਕ ਦੇ ਪੁਕਾਰ ਦੇ ਹਨ ਬੜੀ ਖੁਸ਼ੀ ਵਧਾਉਂਦੀਆਂ ਹਨ ਸ਼੍ਰੋਣਤ ਪਾਨ ਕਰਾਵਤ ਤੇ ਬਹੁਤ ਹੀ ਕਹਿੰਦੇ ਵੀ ਐਵੇਂ ਪ੍ਰੇਤ ਆਤਮਾ ਆ ਕੇ ਸੂਰਮਿਆਂ ਦਾ ਖੂਨ ਪੀ ਰਹੀਆਂ ਹਨ ਇਸ ਪ੍ਰਕਾਰ ਰਨ ਮਚਿਓ ਰਹੇ ਹੋ ਮਚ ਰਹੇ ਹੋ ਇਸ ਤਰ੍ਹਾਂ ਕਹਿੰਦੇ ਵੀ ਬੜਾ ਘਮਸਾਨ ਦਾ ਭੰਗਾਣੀ ਦਾ ਯੁੱਧ ਕਹਿੰਦੇ ਮਚ ਰਿਹਾ ਹੈ ਜੰਗ ਬੜੇ ਜੋਬਨ ਤੇ ਹੈ ਯੋਧੇ ਰਿਸ ਧਰ ਮਾਰ ਸੂਰ ਨੇ ਬੜਾ ਵੀਰ ਰਸ ਧਾਰ ਕੇ ਇੱਕ ਦੂਸਰੇ ਨੂੰ ਮਾਰ ਰਹੇ ਨੇ ਭੰਗਾਣੀ ਸਾਹਿਬ ਵਾਲਾ ਜਿਹੜਾ ਅਸਥਾਨ ਹੈ ਉਸ ਵੇਲੇ ਕਹਿੰਦੇ ਇਸ ਤਰ੍ਹਾਂ ਦਾ ਹੋ ਗਿਆ ਨਾਰਨ ਲੋਥ ਬਿਥਾ ਬੜਾ ਭਿਆਨਕ ਹੈ ਲੋਥਾਂ ਦੇ ਲੋਥਾਂ ਡਿੱਗੀਆਂ ਨੇ ਕਾਇਰ ਬੰਦਾ ਵੇਖ ਕੇ ਹੀ ਗਸ਼ ਖਾ ਕੇ ਡਿੱਗ ਜਾਵੇ ਸੂਰਮੇ ਫੇਰ ਵੀ ਕਹਿੰਦੇ ਵੱਧ ਵੱਧ ਕੇ ਲੜ ਰਹੇ ਹਨ ਜੰਗ ਕਰ ਰਹੇ ਹਨ ਇਸ ਤਰ੍ਹਾਂ ਕਹਿੰਦੇ ਜਿਹੜਾ ਪਠਾਨਾਂ ਦਾ ਹਯਾਤ ਖਾਨ ਬੜਾ ਹੰਕਾਰੀ ਜਰਨੈਲ ਸੀ ਗੁਰੂ ਦੇ ਸਾਧੂ ਨੇ ਇੱਕ ਸਲੋਤਰ ਮਾਰ ਕੇ ਸਿਰ ਦੇ ਵਿੱਚ ਉਹਦਾ ਸਿਰ ਫੇਂ ਕੇ ਮਾਰ ਦਿੱਤਾ ਉਹਦੇ ਘੋੜੇ ਨੇ ਇੱਕ ਪਠਾਨ ਮਾਰ ਦਿੱਤਾ ਇੱਕ ਸਲੋਤਰ ਦੇ ਨਾਲ ਘੋੜਾ ਦੇ ਇੱਕ ਪਠਾਨ ਹੋਰ ਕਿਰਪਾਲ ਦਾਸ ਮਹੰਤ ਨੇ ਮਾਰ ਦਿੱਤਾ ਇੱਦਾਂ ਜੰਗ ਕਰਕੇ ਤੇ ਫਿਰ ਜਿਵੇਂ ਵਾਪਸ ਗੁਰੂ ਕਲਗੀ ਧਰਮਾ ਰਾਜ ਸਾਹਿਬ ਜੀ ਦੇ ਪਾਸ ਮਹੰਤ ਪਹੁੰਚਿਆ ਹੈ ਜਿਵੇਂ ਹੋਰ ਜੰਗ ਹੁੰਦਿਆਂ ਹੁੰਦਿਆਂ ਸਾਹਿਬ ਚੰਦ ਤੇ ਦਇਆ ਰਾਮ ਦੀਵਾਨ ਨੰਦ ਚੰਦ ਜਿਵੇਂ ਯੁੱਧ ਕਰਦੇ ਹਨ ਇਹ ਪ੍ਰਸੰਗ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਵਣ ਕਰਾਂਗੇ ਭੰਗਾਣੀ ਸਾਹਿਬ ਦਾ ਜਿਹੜਾ ਯੁੱਧ ਹੈ ਇਹਦੇ ਵਿੱਚ ਗੁਰੂ ਮਹਾਰਾਜ ਦੇ ਸੂਰਮੇ ਆਪਣੇ ਜਾਹੋ ਜਲਾਲ ਵਿਖਾ ਰਹੇ ਹਨ ਗੁਰੂ ਮਹਾਰਾਜ ਦੇ ਵੀਰ ਅਸੀਂ ਇਤਿਹਾਸ ਦੀ ਵਿਚਾਰ ਕਰਦੇ ਹਾਂ ਅਨੇਕ ਹੀ ਭੁੱਲਾਂ ਗਲਤੀਆਂ ਹੋਈਆਂ ਹਨ ਗੁਰੂ ਮਹਾਰਾਜ ਅਤੇ ਗੁਰੂ ਦੀਆਂ ਸੰਗਤਾਂ ਬਖਸ਼ਣਹਾਰ ਨੇ ਬਖਸ਼ਿੰਦ ਨੇ ਬਖਸ਼ ਲੈਣਾ ਇਸ ਪ੍ਰਕਾਰ ਰਨ ਮਚ ਰਹੇ ਹੋ ਜੋ ਦੇ ਰਿਸ ਧਰ ਮਾਰ ਪਇਓ ਭੰਗਾਣੀ ਥਾਨ ਤਵ ਦਾਰਨ ਲੋਤ ਬਿਥਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਨ ਨਾਥ ਅਨਾਥ ਸਖੇ ਧੀਰ ਦਰ ਦਨਵਾਰ ਹੇ ਸਮਰਥ ਅਗਮ ਪੂਰਨ ਮੋਹੇ ਮਯਾ ਤਾਰ ਅੰਧ ਕੂਬ ਮਹਾ ਭਿਆਨ ਨਾਨਕ ਪਾਰ ਉਤਾਰ ਰਾਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਨਹਿ ਸਿੰਘ ਸਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਮਾਰ ਜੋ ਸ਼ਰਧਾ ਕਰ ਸੇਵਨ ਵਾਹਿਗੁਰੂ ਪਾਰੇ ਉਤਾਰਨ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਮਾਰ ਜੋ ਸ਼ਰਧਾ ਕਰ ਸੇਵਨ ਵਾਹਿਗੁਰੂ ਪਾਰੇ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਚਰਨ ਭਾਵੇ ਨਿਹਾਲ
ਸਤ ਸ੍ਰੀ ਅਕਾਲ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ।